ਗੁਰਸਿੱਖ ਦੀ ਗੁਰਸਿੱਖੀ ਦੀ ਬੇਤ ਵੀ ਕਰਦੇ ਉਸ ਦੀ ਦਸਤਾਰ ਦੀ ਬੇਤ ਵੀ ਕਰਦੇ ਕੀ ਐਕਸਟਾਰਸੀ ਉਹਦੇ ਕੋਲੋਂ ਨੂੰ ਬੁਲਾ ਕੇ ਲੈ ਕੇ ਜਾਂਦਾ ਜਿਉ ਉਸ ਇੰਡੀਅਨ ਆਰਮੀ ਦੇ ਪਰਸਨ ਨੂੰ ਅੰਦਰ ਜਾ ਕੇ ਇਨਟੈਰੋਗਟ ਕੀਤਾ ਰੋਦੀ ਇਸ ਤਰ੍ਹਾਂ ਦੀ ਪ੍ਰੋਟੈਨਲਟੀ ਕਰਨ ਦਾ ਪਰ ਇਹ ਕੈਸੀ ਕੇਅਰ ਹੈ ਜਿਹੜੀ ਇੱਕ ਫੌਜੀ ਇਨਵੋਲਪ ਫੰਗਾ ਕਰ ਰਹੀ ਹੈ ਇੱਕ ਗੁਰਸਿੱਖ ਦੀ ਦਸਤਾਰ ਲਾ ਰਹੀ ਹੈ ਉਸ ਦੇ ਗੁਪਤ ਅੰਗਾ ਦੀ ਵੀਡੀਓ ਬਣਾ ਰਹੀ ਹੈ ਕਿ ਇੱਕ ਸਿੱਖ ਕੇ ਉੱਪਰ ਆਪਨੇ ਉਸ ਦੀ ਉਸ ਦੀ ਸ਼ਾਨ ਉਸ ਦੀ ਪਗੜੀ ਕੇ ਉੱਪਰ ਆਪਨੇ ਹੱਥ ਲਾਇਆ ਉਹ ਕਰਤ ਪੁਲਿਸ 'ਤੇ ਇਲਜ਼ਾਮ ਲੱਗੇ ਨੇ ਨਾ ਸਿਰਫ ਇੱਕ ਫੌਜੀ ਨੂੰ ਥਾਣੇ ਦੇ ਵਿੱਚ ਅਲਪ ਨੰਗਾ ਕਰਨ ਦੀ ਅਲਪ ਨੰਗਾ ਕਰਕੇ ਫਿਰ 3 ਮਿੰਟ ਤੂੰ ਵੀਡੀਓ ਬਣਾ ਰਿਹਾ ਹੈ ਵੀ ਕੀ ਤੁਸੀਂ ਜਿਹੜਾ ਆਰਮੀ ਵਾਲਾ ਬੰਦਾ ਹੈ ਉਹਨੂੰ ਮਾਰਨਾ ਹੈ ਤੁਸੀਂ ਉਸ ਤੋਂ ਬਾਅਦ ਉਹਦੇ ਕੱਪੜੇ ਉਤਾਰੇ ਤੇ ਪ੍ਰਾਈਵੇਟ ਪਾਰਟਸ ਦੀ ਵੀ ਉਡੀ ਬਣਾਈ ਔਰ ਉਸ ਤੋਂ ਬਾਅਦ ਉਹਨੂੰ ਥੈਟ ਕੀਤਾ ਕਿ ਤੂੰ ਅੱਜ ਤੋਂ ਬਾਅਦ ਆਪਣੇ ਬੱਚੇ ਤੇ ਆਪਣੀ ਵਾਈਫ ਕੋਲ ਤੂੰ ਦਿਖਣਾ ਨਹੀਂ ਚਾਹੀਦਾ ਪਰ ਚੰਡੀਗੜ੍ਹ ਪੁਲਿਸ ਕਹਿੰਦੀ ਹੈ ਵੀ ਕੇਅਰ ਫॉर ਯੂ ਉਹਦਾ ਨਾਰਾ ਚੰਡੀਗੜ੍ਹ ਪੁਲਿਸ ਦਾ ਵੀ ਕੇਅਰ ਫॉर ਯੂ ਬਾਰੇ ਕੈਸੀ ਕੇਅਰ ਹੈ ਜਿਹੜੀ ਇੱਕ ਫੌਜੀ ਇਨਵਲਪ ਨੰਗਾ ਕਰ ਰਹੀ ਹੈ ਕੋ ਕਮਰੇ ਚ ਪੱਟੀ ਬਨ ਕੇ ਲੱਗੇਗਾ ਉੱਥੇ ਜਾ ਕੇ ਉਹਨਾਂ ਦੇ ਪਿੱਛੋਂ ਕਿਸੇ ਨੇ ਮਤਲਬ ਅਸੌਲਟ ਕੀਤਾ ਥੱਪੜ ਮਾਰਿਆ ਔਰ ਉਹਨਾਂ ਦੀ ਜਿਹੜੀ ਪੱਗ ਸੀ ਉਹ ਛੁਰੋਂ ਉਤਰੀ ਯਹਾਂ ਪਰ ਅਗਰ ਆਪ ਦੇਖਾ ਜਾਏ ਤੋ ਆਪਨੇ ਇੱਕ ਇਨਸਾਨ ਫਿਜ਼ੀਕਲੀ ਆਪਨੇ ਨੰਗਾ ਕਰਦੀ ਸੋ ਦੇਖੋ ਕਾਨੂੰਨ ਦੀਆਂ ਧੱਗੀਆਂ ਵੀ ਉੜੀਆਂ ਇੰਡੀਅਨ ਪੈਨਲ ਕੋਡ ਵੀ ਸਾਈਡ ਤੇ ਰੱਖੀ ਰੱਖੀ ਤੇ ਆਰਮੀ ਐਕਟ ਵੀ ਨੂੰ ਦਾ ਆਪਾਂ ਨੂੰ ਪਤਾ ਕੋਈ ਕ੍ਰਿਮੀਨਲ ਕੰਪਲੇਂਟ ਉਹਨਾਂ ਦੀ ਵਾਈਫ ਵੀ ਚੰਟੀਗੜ੍ਹ ਪੁਲਿਸ ਚ ਕਾਂਸਟੇਬਲ ਨੇ ਸੈਕਟਰ 11 ਹੀ ਪੁਲਿਸ ਪੁਲਿਸ ਸਟੇਸ਼ਨ ਦੇ ਵਿੱਚ ਨੇ ਪਰ ਉਹਨਾਂ ਨੇ ਕੋਈ ਕੰਪਲੇਂਟ ਆਪਣੇ ਆਰਮੀ ਵਾਲਾ ਜਿਹੜਾ ਮੈਕਸ ਸਬਸਿਵ ਸੀ ਕੇ 47 ਉਹਨਾਂ ਦੇ ਖਿਲਾਫ ਕੋਈ ਨਹੀਂ ਸੀ ਅਕਸਰ ਆਮ ਲੋਕਾਂ ਨੂੰ ਇਹ ਸ਼ਿਕਾਇਤ ਹੁੰਦੀ ਹੈ ਕਿ ਪੁਲਿਸ ੱੱੱਕਾ ਕਰਦੀ ਹੈ ਪਰ ਅੱਜ ਉਹਨਾਂ ਹੀ ਲੋਕਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਲ ਸਿਰਫ ਆਮ ਲੋਕਾਂ ਦੇ ਨਾਲ ਹੀ ਨਹੀਂ ਸਗੋਂ ਫੌਜੀਆਂ ਦੇ ਨਾਲ ਵੀ ਕਈ ਵਾਰ ੱੱੱਕਾ ਕਰਦੀ ਹੈ ਪੁਲਿਸ ਦੇ ਇਲਜ਼ਾਮ ਲੱਗੇ ਨੇ ਨਾ ਸਿਰਫ ਇੱਕ ਫੌਜੀ ਨੂੰ ਥਾਣੇ ਦੇ ਵਿੱਚ ਅਲਫ ਨੰਗਾ ਕਰਨ ਦੇ ਉਸ ਦੇ ਨਾਲ ਬੇਰੈਮੀ ਕਰਨ ਦੇ ਤਸ਼ੱਦਦ ਕਰਨ ਦੇ ਉਸ ਦੇ ਗੁਪਤ ਅੰਗਾਂ ਦੀ ਵੀਡੀਓ ਬਣਾਉਣ ਦੇ ਹੋਰ ਤਾਂ ਹੋਰ ਗੁਰਸਿੱਖ ਦੀ ਗੁਰਸਿੱਖੀ ਦੀ ਬੇਅਦਬੀ ਕਰਨ ਤੇ ਉਸ ਦੀ ਦਸਤਾਰ ਦੀ ਬੇਅਦਬੀ ਕਰਨ ਤੇ ਤੁਸੀਂ ਦੇਖ ਰਹੇ ਹੋ ਤਾਂ ਖਬਰਸਾਰ ਮੈਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਤੇ ਇਹ ਸਾਰੇ ਇਲਜ਼ਾਮ ਲੱਗੇ ਨੇ ਚੰਡੀਗੜ੍ਹ ਪੁਲਿਸ ਦੇ ਕੁਝ ਅਧਿਕਾਰੀਆਂ ਤੇ ਮਾਮਲਾ ਕੀ ਹੈ ਗੱਲਬਾਤ ਕਰਾਂ ਕੀ ਕਈ ਪਹਿਲੂ ਨੇ ਪਹਿਲੂ ਕਾਨੂੰਨੀ ਵੀ ਹੈ ਤੇ ਪਹਿਲੂ ਧਾਰਮਿਕ ਵੀ ਹੈ ਸਾਡੇ ਨਾਲ ਘੁੰਮਣ ਬ੍ਰਦਰਸ ਮੌਜੂਦ ਨੇ ਤੇ ਗਰੁੱਪ ਕੈਪਟਨ ਕਰਨਲ ਗਰੋਵਰ ਜੀ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਕੀਲ ਸਾਹਿਬ ਸਵਾਗਤ ਵੀ ਹੈ ਤੇ ਪਹਿਲਾ ਮੇਰਾ ਸਵਾਲ ਕਿ ਐਸਾ ਮਾਮਲਾ ਕੀ ਤੁਹਾਡੇ ਕੈਰੀਅਰ ਵਿੱਚ ਪਹਿਲਾਂ ਕਦੀ ਆਇਆ ਹੈ ਲੋ ਜੀ ਪਹਿਲਾਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ ਸਾਹਿਬ ਦੇਖੋ ਮੈਂ ਤੁਸੀਂ ਮੰਨ ਲਗਾ ਦਾ ਇਸ ਚੀਜ਼ ਦੇ ਆਪਾਂ ਇਕੱਠੇ ਸੀ ਗਵਾਹੀਓ ਜਦੋਂ ਐਲੀ ਮੰਗੜਾਂ ਤੇ ਮੁਹਾਲੀ ਪੁਲਿਸ ਨੇ ਬਰੂਟਲ ਟੌਰਚਰ ਕੀਤਾ ਔਰ ਉਸ ਤੋਂ ਬਾਅਦ ਸਾਡੀ ਮੀਡੀਆ ਨੇ ਤੁਸੀਂ ਖਾਸ ਤੌਰ ਤੇ ਸਾਰਿਆਂ ਨੇ ਬੜੀ ਸਾਡੀ ਉਸ ਟਾਈਮ ਮਦਦ ਕੀਤੀ ਉਹਦੀ ਐਲੀ ਮੰਗੜ ਦੀ ਕੀਤੀ ਉਸ ਮਾਮਲੇ ਦੇ ਵਿੱਚ ਸਿੱਟ ਵੀ ਬਣੀ ਰਿਪੋਰਟਾਂ ਵੀ ਪੁਲਿਸ ਦੇ ਖਿਲਾਫ ਆਈਆਂ ਸੱਟਾਂ ਵੀ ਆ ਗਈਆਂ ਔਰ ਅੱਜ ਵੀ ਉਹ ਜਿਹੜਾ ਮਾਮਲਾ ਚਲੋ ਮੈਂ ਇਹ ਕਹਿ ਸਕਦਾ ਕਿ ਨੇੜੇ ਆ ਗਿਆ ਹੈ ਉਹਦੀ ਹੁਣ 22 ਫਰਵਰੀ ਡੇਟ ਹੈ ਹਾਈ ਕੋਰਟ ਦੇ ਵਿੱਚ ਲਾਸਟ ਡਿਸੀਜਨ ਤੇ ਹੈ ਹੁਣ ਮਾਮਲਾ ਇਸ ਦੌਰਾਨ ਬਹੁਤ ਸਾਨੂੰ ਠਾਕੁਰ ਸਾਹਿਬ ਕਾਲ ਆਉਂਦੇ ਨੇ ਕਿ ਸਰ ਮੈਨੂੰ ਰਾਤ ਚੱਕ ਕੇ ਲੈ ਗਏ ਨੇ ਮੈਨੂੰ ਮਾਰਿਆ ਕੁੱਟਿਆ ਗਿਆ ਜੀ ਮੈਨੂੰ ਨੰਗਾ ਕੀਤਾ ਗਿਆ ਹੈ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜੇ ਕੰਨ ਨੇ ਉਹ ਵੀ ਥੱਕ ਚੁੱਕੇ ਨੇ ਔਰ ਮੈਂ ਇੱਕ ਚੀਜ਼ ਤੋਂ ਬੜਾ ਹੈਰਾਨ ਹਾਂ ਕਿ ਯਾਰ ਮੀਡੀਆ ਦੇ ਦੌਰਾਨ ਵੀ ਹੁਣ ਦੇਖੋ ਆਪਾਂ ਬਾਈਟਸ ਕਰਦੇ ਆਂ ਪਤਾ ਨਹੀਂ ਜਾਣ ਤਾਂ ਇਹ ਸੁਣਦੇ ਨਹੀਂ ਜਾਂ ਇਹਨਾਂ ਨੂੰ ਪਤਾ ਨਹੀਂ ਜਾਂ ਇਹ ਜਾਣ ਕੇ ਇਗਨੋਰ ਕਰਦੇ ਨੇ ਹੁਣ ਰੀਸੈਂਟ ਮਾਮਲਾ ਆ ਗਿਆ ਚੰਡੀਗੜ੍ਹ ਪੁਲਿਸ ਦਾ ਫੌਜੀ ਦੇਖੋ ਕੋਈ ਵੀ ਜਦੋਂ 14 ਸਾਲ ਪਹਿਲਾਂ ਫੌਜੀ ਸਾਹਿਬ ਨੇ ਆਰਮੀ ਜੁਆਇਨ ਕੀਤੀ ਠਾਕੁਰ ਸਾਹਿਬ ਜਿੱਦਾਂ ਅਸੀਂ ਲਾਅਰ ਬਣਦੇ ਆਂ ਸਾਡੇ ਚ ਇੱਕ ਜਜ਼ਬਾ ਸੜਦੀ ਉਹਤ ਹੁੰਦੀ ਏ ਵੀ ਯਾਰ ਅਸੀਂ ਆਪਣੇ ਕਲਾਇੰਟ ਦੇ ਜਿਹੜੇ ਭੇਤ ਨੇ ਉੱਗਬਤ ਰੱਖਾਂਗੇ ਜਦੋਂ ਇੱਕ ਫੌਜੀ ਸਰ ਜੁਆਇਨ ਕਰਦਾ ਹੈ ਉਹਦਾ ਪਹਿਲਾ ਦਿਨ ਤੇ ਅਖੀਰਲਾ ਦਿਨ ਟ੍ਰੇਨਿੰਗ ਦਾ ਜਿੰਨਾ ਸਾਨੂੰ ਪਤਾ ਹੈ ਵੀ ਜਦੋਂ ਉਹ ਪਿੰਡ ਚ ਵਾਪਸ ਆਉਂਦਾ ਨਾ ਉਹਦੀ ਤੌਰ ਤੋਂ ਲੈ ਕੇ ਉਹਦੀਆਂ ਗੱਲਾਂ ਬਾਤਾਂ ਉਹਦਾ ਵੇ ਆਫ ਲੀਵਿੰਗ ਚ ਇੱਕ ਜਜ਼ਬਾ ਹੋਰ ਇੱਕ ਕੌਨਫੀਡੈਂਸ ਦਿਖਦਾ ਹੈ ਔਰ ਉਹਦੀ ਹਰੇਕ ਗੱਲ ਇਹ ਹੁੰਦੀ ਹੈ ਦੇਸ਼ ਲਈ ਹੁਣ ਮੈਂ ਇੱਥੇ ਗੱਲ ਕਰੂੰਗਾ ਕਿ ਕਰਨਲ ਗਰੋਵਰ ਮੇਰੇ ਨਾਲ ਬੈਠੇ ਨੇ ਇਹਨਾਂ ਦੀ ਇੱਕ ਗੱਲ ਮੈਂ 2 ਮਿੰਟ ਪਹਿਲਾਂ ਬਹੁਤ ਸੋਹਣੀ ਇਹਨਾਂ ਨੇ ਗੱਲ ਕੀਤੀ ਹੈ ਇਹ ਕਹਿੰਦੇ ਕਿ ਜੇਕਰ ਆਰਮੀ ਵਾਲਿਆਂ ਦਾ ਲੜਨ ਦਾ ਜਜ਼ਬਾ ਔਰ ਜ਼ਿੰਦਗੀ ਜਿਉਣ ਦਾ ਜਜ਼ਬਾ ਤੇ ਕੌਨਫੀਡੈਂਸ ਮਰ ਗਿਆ ਤਾਂ ਭਾਜੀ ਇਸ ਦੇਸ਼ ਦੀ ਰਾਖੀ ਕੌਣ ਕਰੇਗਾ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਡੀ ਰਾਖੀ ਪੁਲਿਸ ਨੇ ਨਹੀਂ ਕਰਨੀ ਸਾਡੀ ਰਾਖੀ ਜਿਹੜੀ ਕਰਨੀ ਉਹ ਆਰਮੀ ਨੇ ਕਰਨੀ ਕਰਨੀ ਹੈ ਉਹ ਭਾਵੇਂ ਇੰਡੀਅਨ ਨੇਵੀ ਹੈ ਇੰਡੀਅਨ ਆਰਮੀ ਹੈ ਜਾਂ ਸਾਡੀ 에어 ਫੋਰਸ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਬੀਇੰਗ ਅ ਸਿੱਖ ਜਦੋਂ ਸਿੱਖ ਰੈਜਿਮੈਂਟ 26 ਤਰੀਕ ਨੂੰ ਪ੍ਰੇਡ ਤੇ ਆਉਂਦੀ ਹੈ ਤੇ ਸਾਡੇ ਸਾਰਿਆਂ ਦੇ ਲੂਣ ਕੰਡੇ ਉਹਨਾਂ ਨੂੰ ਦੇਖ ਕੇ ਖੜੇ ਹੋ ਜਾਂਦੇ ਨੇ ਵੀ ਯਾਰ ਸਾਡੀ ਇੰਡੀਅਨ ਆਰਮੀ ਆ ਗਈ ਆਈਦਰ ਉਹ ਇੰਡੀਅਨ ਆਰਮੀ ਹੈ ਉਹ ਗੜਵਾਲਜ਼ ਨੇ ਜਾਂ ਕੋਈ ਥਾਰਡ ਸਾਡੀਆਂ ਜਿੰਨੀਆਂ ਯੂਨਿਟਸ ਨੇ ਸਰ ਇੰਡੀਅਨ ਆਰਮੀ ਨੂੰ ਸਲੂਟ ਹੈ ਸਾਰੀ ਤੁਸੀਂ ਤਾਂ ਸਲੂਟ ਮਾਰ ਰਹੇ ਹੋ ਪਰ ਚੰਡੀਗੜ੍ਹ ਪੁਲਿਸ ਕਹਿੰਦੀ ਹੈ ਵੀ ਕੇਅਰ ਫॉर ਯੂ ਉਹਦਾ ਨਾਰਾ ਹੈ ਚੰਡੀਗੜ੍ਹ ਪੁਲਿਸ ਦਾ ਵੀ ਕੇਅਰ ਫॉर ਯੂ ਪਰ ਇਹ ਕੈਸੀ ਕੇਅਰ ਹੈ ਜਿਹੜੀ ਇੱਕ ਫੌਜੀ ਨੂੰ ਅਲਫਨੰਗਾ ਕਰ ਰਹੀ ਹੈ ਇੱਕ ਗੁਰਸਿੱਖ ਦੀ ਦਸਤਾਰ ਲਾ ਰਹੀ ਹੈ ਉਸ ਤੇ ਗੁਪਤ ਅੰਗਾ ਦੀ ਵੀਡੀਓ ਬਣਾ ਰਹੀ ਹੈ ਇੱਕ ਐਸੇ ਫੌਜੀ ਜੀ ਜੋ ਸਰਹੱਦ ਤੇ ਖੜਕੇ ਨਾ ਸਿਰਫ ਦੇਸ਼ ਦੀ ਬਲਕਿ ਸਾਡੇ ਸਾਰਿਆਂ ਦੀ ਵੀ ਰੱਖਿਆ ਕਰਦਾ ਤੁਸੀਂ ਕਹਿ ਰਹੇ ਹੋ ਕਿ ਫੌਜੀ ਨੂੰ ਸੈਲੂਟ ਹੈ ਤੇ ਇਹ ਕਿਹੋ ਜਿਹਾ ਆਦਰ ਸਨਮਾਨ ਕੀਤਾ ਚੰਡੀਗੜ੍ਹ ਪੁਲਿਸ ਨੇ ਦੇਖੋ ਮੈਨੂੰ ਇੱਥੇ ਬ੍ਰਦਰ ਅੱਗੇ ਦੱਸਣਗੇ ਮੈਂ ਥੋੜਾ ਜਿਹਾ ਠਾਕੁਰ ਸਾਹਿਬ ਇੱਥੇ ਬਰੀਫ ਕਰ ਦਣਾ ਪ੍ਰੈਜ਼ੈਂਟ ਕੇਸ ਚ ਫੌਜੀ ਸਾਹਿਬ 14 ਸਾਲ ਪਹਿਲਾਂ ਜੁਆਇਨ ਕਰਦੇ ਨੇ 2016 ਚ ਉਹਨਾਂ ਦਾ ਵਿਆਹ ਹੁੰਦਾ ਚਲੋ ਵਿਆਹ ਚ ਇੱਕ ਬੱਚਾ ਹੈ ਉਹਨਾਂ ਦੇ ਕੋਲ ਪਰ ਉਹਨਾਂ ਦੀ ਮੈਟ੍ਰੀਮੋਨিয়াল ਜਿਹੜਾ ਡਿਸਪਿਊਟ ਛੋਟਾ ਮੋਟਾ ਘਰਾਂ ਦੇ ਵਿੱਚ ਚੀਜ਼ਾਂ ਨਾਰਮਲ ਨੇ ਹੁਣ ਹੁੰਦਾ ਕੀ ਏ 12 ਨਵੰਬਰ 2023 ਨੂੰ ਫੌਜੀ ਸਾਹਿਬ ਨੇ ਕੋਸ਼ਿਸ਼ ਕੀਤੀ ਪਹਿਲਾਂ ਮੁੱਲਾਂਪੁਰ ਗਏ ਆਪਣੀ ਫੈਮਲੀ ਨੂੰ ਮਿਲਣ ਲਈ ਹਰੇਕ ਫੌਜੀ ਜਦੋਂ ਛੁੱਟੀ ਤੇ ਹੁੰਦਾ ਉਹਦੀ ਇੱਕ ਤਾਂਗ ਹੁੰਦੀ ਏ ਵੀ ਯਾਰ ਸਭ ਤੋਂ ਪਹਿਲਾਂ ਮੇਰੀ ਮਾਂ ਪਿਓ ਮੇਰੀ ਫੈਮਲੀ ਮੇਰੇ ਬੱਚੇ ਉਸੇ ਤਰ੍ਹਾਂ ਹੀ ਉਹਨੇ ਵਿਚਾਰੇ ਨੇ ਵੀ ਸੋਚ ਲਿਆ ਸੋ ਹੁਣ ਉਹ ਇਹ ਤੇ ਸੋਚ ਕੇ ਨਹੀਂ ਸੀ ਆਇਆ ਕਿ ਯਾਰ ਮੈਂ ਉੱਥੇ ਜਾਊਗਾ ਤੇ ਜੋ ਭਾਜੀ 12 ਤਰੀਕ ਨੂੰ ਸੈਕਟਰ 11 ਦੀ ਪੁਲਿਸ ਦੇ ਉੱਥੇ ਆਉਂਦਾ ਉਸ ਤੋਂ ਬਾਅਦ ਉਹਦੀ ਪਹਿਲਾਂ ਉਹਦੀ ਪੱਗ ਲਾ ਦਿੱਤੀ ਜਾਂਦੀ ਏ ਔਰ ਐਸ ਐਚਓ ਦੀ ਹਾਜ਼ਰੀ ਚੋਰੀਆ 11 ਸੈਕਟਰ ਦੇ ਵਿੱਚ ਦੋ ਬੰਦਿਆਂ ਨੇ ਦੇ ਆਰ ਨੋਟ ਇਨ ਸਿਵਲ ਦੇ ਆਰ ਇਨ ਸਿਵਲ ਡਰੈਸ ਰਾਈਟ ਹੁਣ ਹੁੰਦਾ ਕੀ ਏ ਉਸ ਤੋਂ ਬਾਅਦ ਉੱਥੋਂ ਤੱਕ ਸੀਮਤ ਨਹੀਂ ਯਾਰ ਤੁਸੀਂ ਇੱਕ ਬੰਦੇ ਨੂੰ ਮੈਂ ਇਹ ਸੋਚਦਾ ਕਿ ਇਹ ਲੋਕ ਸਾਡੇ ਸਮਾਜ ਦਾ ਹਿੱਸਾ ਨੇ ਤੁਸੀਂ ਇੱਕ ਬੰਦੇ ਨੂੰ ਕਹਿ ਰਹੇ ਹੋ ਕਿ ਯਾਰ ਤੂੰ ਕੱਪੜੇ ਲਾ ਦੇ ਆਲਫ ਨੰਗਾ ਕਰਕੇ ਫਿਰ 3 ਮਿੰਟ ਤੂੰ ਵੀਡੀਓ ਬਣਾ ਰਿਹਾ ਹੈ ਬਈ ਕੀ ਤੁਸੀਂ ਜੜਾ ਆਰਮੀ ਵਾਲਾ ਬੰਦਾ ਹੈ ਉਹਨੂੰ ਮਾਰਨਾ ਹੈ ਤੁਸੀਂ ਕਿ ਉਹ ਜਾ ਕੇ ਦੱਸੇ ਕਿ ਪੁਲਿਸ ਨੇ ਆ ਕੁਛ ਕੀਤਾ ਤੇ ਦੁਬਾਰਾ ਕੋ ਫੌਜੀ ਜ਼ਰੂਰਤੀ ਨਾ ਕਰੇ ਆਪਣੇ ਘਰੇ ਛੁੱਟੀ ਆਉਣ ਦੀ ਇਹਦਾ ਮਤਲਬ ਪਰ ਇਹ ਹੈ ਤੁਸੀਂ ਇਹਦੇ ਚ ਕੀ ਸਾਬਤ ਕੀਤਾ ਹੁਣ ਉਹਦਾ ਅੰਦਰ ਕਿੰਨੀ ਸਰ 6:00 ਵਜੇ ਹੋਏਗੀ ਬ੍ਰਦਰ ਨੂੰ ਫੋਨ ਆ ਰਿਹਾ ਹੈ ਫੌਜੀ ਸਾਹਿਬ ਦਾ ਕਿ ਸਰ ਲਿਟਰਲੀ ਰੋ ਰਿਹਾ ਹੈ ਇਸ ਲਿਟਰਲੀ ਕਰਾਇੰਗ इवान इज नॉट एबल टू टॉक विद माय ब्रदर ही इज सेइंग कि सर जो कुछ मेरे नाल होया है किसी नाल ना होवे और उसो बाद ब्रदर ਕੋਲ ਆਇਆ ਅਸੀਂ ਪਟੀਸ਼ਨ ਪਾਜੀ ਵਕੀਲਾਂ ਕੋਲ ਕੀ ਰਹਿ ਜਾਂਦੇ ਪਟੀਸ਼ਨ ਤੋਂ ਪਹਿਲਾਂ ਮੈਂ ਪੁੱਛਾਂਗਾ ਉਹਨਾਂ ਨੂੰ ਥਾਣੇ ਲੈ ਕੇ ਗਏ ਕੋਈ ਕੰਪਲੇਂਟ ਸੀ ਕੋਈ ਸੱਮਨ ਹੋਇਆ ਸੀ ਕਾਰਨ ਕੀ ਸੀ ਕੋਈ ਕੰਪਲੇਂਟ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਔਰ ਪ੍ਰੋਵੀਜ਼ਨ ਆਫ ਲਾਅ ਕੀ ਕਹਿੰਦੇ ਨੇ ਉਹ ਤੁਹਾਨੂੰ ਬ੍ਰਦਰ ਦੱਸਣਗੇ ਮੈਂ 1 ਮਿੰਟ ਦੇ ਵਿੱਚ ਇਹ ਤੁਹਾਨੂੰ ਗੱਲ ਜਿਹੜੀ ਠਾਕੁਰ ਸਾਹਿਬ ਨੇੜੇ ਕਰਨ ਜਾ ਰਹੇ ਆ ਸਾਰਾ ਇਹੀ ਕੁਛ ਕਿਸੇ ਬਾਰਡਰ ਦੇ ਕਿਸੇ ਪਿੰਡ ਤੇ ਹੋਇਆ ਹੋਵੇ ਜਾਂ ਹਰਿਆਣਾ ਦੇ ਸਾਡੇ ਉਹ ਰਵਾੜੀ ਵਾਲੇ ਪਰਲੇ ਜਿਹੜੇ ਨੇ ਜੜੇ ਅਸੀਂ ਕਹਦੀਏ ਕਿ ਹਾਈ ਕੋਰਟ ਤੋਂ ਟੂ ਫਾਰ ਉਹ ਯਾਰ 11 ਵਾਲਾ ਥਾਣਾ ਤੇ ਉਸ ਤੋਂ ਬਾਅਦ 3 ਵਾਲਾ ਤੇ ਫਿਰ ਹਾਈ ਕੋਰਟ ਮੈਨੂੰ ਲੱਗਦਾ ਕੁੱਲ ਮਿਲਾ ਕੇ 3 ਕਿਲੋਮੀਟਰ ਨਹੀਂ ਜੀ ਤਿੰਨ ਤਿੰਨ ਡੀਜੀਪੀ ਕਰਨਲ ਸਾਹਿਬ ਸਾਡੇ ਇੱਥੇ ਬੈਠਦੇ ਨੇ ਡੀਜੀਪੀ ਪੰਜਾਬ ਡੀਜੀਪੀ ਹਰਿਆਣਾ ਡੀਜੀਪੀ ਯੂਟੀ ਐਸਐਸਪੀ ਚੰਡੀਗੜ੍ਹ ਤੇ ਸਰਮੋਰ ਸੰਸਥਾਵਾਂ ਹਾਈ ਕੋਰਟ ਮਾਨਜੋਗ ਵਿਧਾਨ ਸਭਾ ਗਵਰਨਰ ਸਾਹਿਬ ਸਾਰੇ ਮਨਿਸਟਰਸ ਤੇ ਸਰ ਵੀ ਆਰ ਨਾਟ ਐਕਸਪੈਕਟਿੰਗ ਥਿਸ ਟਾਈਪ ਆਫ ਕੰਡਕਟ ਐਟ ਲੀਸਟ ਫ্রম ਚੰਡੀਗੜ੍ਹ ਪੁਲਿਸ ਸੋ ਬ੍ਰਦਰ ਅਕੇ ਪਾਜੀ ਨੇ ਪਾਜੀ ਨੇ ਜਿਵੇਂ ਮੈਂ ਸਵਾਲ ਕੀਤਾ ਸੀਗਾ ਵੀ ਕੀ ਕੋਈ ਸਮਨ ਹੋਇਆ ਸੀ ਕੋਈ ਐਫ ਆਈ ਆਰ ਸੀ ਉਹਨਾਂ ਦੇ ਖਿਲਾਫ ਪਾਜੀ ਦੇ ਖਿਲਾਫ ਜਾਂ ਫਿਰ ਆਮ ਬੰਦੇ ਨੂੰ ਵੀ ਜੇ ਬਰਾਣਾ ਹੋਵੇ ਥਾਣੇ ਤੇ ਪ੍ਰੋਸੀਜਰ ਕੀ ਹੁੰਦਾ ਹੈ ਤੇ ਫਾਜੀ ਨੂੰ ਬੁਲਾਣਾ ਹੋਵੇ ਤਾਂ ਪ੍ਰੋਸੀਜਰ ਕੀ ਹੁੰਦਾ ਦੇਖੋ ਮੈਂ ਸਟਾਰਟਿੰਗ ਆ ਜਿਸ ਗੱਲ ਦੀ ਉੱਪਰ ਕਰੂੰਗਾ ਥੋੜਾ ਜਿਹਾ ਮਿਲ ਲਉਣਾ ਵੀ ਇਹਨੂੰ ਬਾਈਫਰਕੇਟ ਕਰੀਏ ਜੀ ਦੇਖੋ ਫਸਟ ਆਫ 올 ਜਿਹੜੀ ਇਲ ਟ੍ਰੀਟਮੈਂਟ ਮੈਂ ਵਰਡ ਯੂਜ਼ ਕਰਾਂਗਾ ਇਲ ਟ੍ਰੀਟਮੈਂਟ ਹੈਗਾ ਮੁੱਲਾਂਪੁਰ ਗਰੀਬਦਾਸ ਪੁਲਿਸ ਸਟੇਸ਼ਨ ਜਿਹੜਾ ਪੰਜਾਬ ਦੀ ਜੂਰਿਸਡਿਕਸ਼ਨ ਫਾਲ ਕਰਦਾ ਹੈ ਡੀਜੀਪੀ ਪੰਜਾਬ ਜਿਹੜੇ ਨੇ ਗੌਰਵ ਯਾਦਵ ਸਾਹਿਬ ਉਹ ਸਾਰੀ ਦੇ ਜੰਮਿਆ ਰਹੋਣਗੇ ਉਹਦਾ ਸਾਰਾ ਜੋ ਵੀ ਹੈ ਹੁਣ ਉਹਦੇ ਚ ਕਰਦੇ ਕੀ ਨੇ ਬ੍ਰਦਰ ਨੇ ਦੱਸਿਆ ਡਮੇਟਲ ਦੀ ਮੈਟ੍ਰੀਮੋਨিয়াল ਡਿਸਪਿਊਟ ਜਿਹੜਾ ਸੀ ਠਾਕੁਰ ਸਾਹਿਬ ਉਹ ਸੀ ਪਰ ਮਾਮਲਾ ਕਿਸੇ ਕੋਰਟ ਕਚੈਰੀ ਕਿਸੇ ਥਾਣੇ ਚ ਹਜੇ ਤੱਕ ਕੋਈ ਕ੍ਰਿਮਨਲ ਕੰਪਲੇਂਟ ਉਹਨਾਂ ਦੀ ਵਾਈਫ ਵੀ ਚੰਡੀਗੜ੍ਹ ਪੁਲਿਸ ਚ ਕਨਸਟੇਬਲ ਨੇ ਸੈਕਟਰ 11 ਹੀ ਪੁਲਿਸ ਸਟੇਸ਼ਨ ਦੇ ਵਿੱਚ ਨੇ ਪਰ ਉਹਨਾਂ ਨੇ ਕੋਈ ਕੰਪਲੇਂਟ ਆਪਣੇ ਆਰਮੀ ਵਾਲਾ ਜਿਹੜਾ ਮੈਕਸ ਅਫਸਰ ਸੀਗੇ ਫੌਜੀ ਸਾਹਿਬ ਉਹਨਾਂ ਦੇ ਖਿਲਾਫ ਕੋਈ ਨਹੀਂ ਸੀ ਦਿੱਤੀ ਹੁਣ ਜੇਕਰ ਕੋਈ ਕੰਪਲੇਂਟ ਪੈਂਡਿੰਗ ਨਹੀਂ ਸੀ ਤਾਂ ਕੀ ਮੁੱਲਾਂਪੁਰ ਗਰੀਬਦਾਸ ਪੁਲਿਸ ਸਟੇਸ਼ਨ ਸਬ ਇੰਸਪੈਕਟਰ ਭਰਮਜੀਤ ਸਿੰਘ ਜਿਹੜਾ ਸੀ ਕੀ ਉਹਦੇ ਕੋਲ ਕੋਈ ਪ੍ਰੋਵੀਜ਼ਨ ਆਫ ਲਾ ਸੀ ਵੀ ਉਹ ਜਾ ਕੇ ਫੌਜੀ ਸਾਹਿਬ ਨੂੰ ਜਿੱਥੇ ਦਿਵਾਲੀ ਵਾਲੇ ਦਿਨ ਆਪਣੇ ਪਲੌਟ ਤੇ ਦੀਵਾ ਬਾਲਣ ਗਈ ਸੀ ਕਿ ਉੱਥੋਂ ਜਾ ਕੇ ਕ੍ਰਿਮਨਲ ਦੀ ਤਰ੍ਹਾਂ ਉਹਨਾਂ ਨੂੰ ਐਕਟ ਕੀਤਾ ਉਹਨਾਂ ਨੂੰ ਐਪਰੀਹੈਂਡ ਕੀਤਾ ਫੜਿਆ ਅਰੈਸਟ ਕੀਤਾ ਦੋ ਬੰਦੇ ਨਾਲ ਉਹਦੇ ਹੋਰ ਸੀ ਤੇ ਫਿਰ ਥਾਣੇ 'ਚ ਲਿਆ ਕੇ ਉਹਨਾਂ ਨੂੰ ਜਲੀਲ ਕੀਤਾ ਜਲੀਲ ਕਰਨ ਤੋਂ ਬਾਅਦ ਖੜਾ ਕੇ ਰੱਖਿਆ ਔਰ ਫਾਈਨਲੀ ਕੀ ਕਿਹਾ ਵੀ ਜੇ ਤੂੰ ਆਪਣੀ ਵਾਈਫ ਜਾਂ ਆਪਣੇ ਬੱਚੇ ਨੂੰ ਮਿਲਦੀ ਤੂੰ ਅਟੈਂਪਟ ਕੀਤੀ ਕੋਸ਼ਿਸ਼ ਕੀਤੀ ਤੇਰੇ ਤੇ ਅਸੀਂ ਐਂਟੀ ਪਸ ਦਾ ਪਰਚਾ ਪਾਵਾਂਗੇ ਤੇਰੇ ਤੇ ਅਸੀਂ ਇਲੀਗਲ ਵੈਪਨਸ ਜਿਹੜੀ ਤੇਰੀ ਗੱਡੀ ਚੜਾ ਕੇ ਤੇਰੀ ਵਾਈਕਲ ਚੜਾ ਕੇ ਤੇਮ ਅਸੀਂ ਐਸੇ ਕੇਸ ਤੇ ਭੇਜਾਂਗੇ ਤੂੰ ਕਦੀ ਬਾਹਰ ਨਹੀਂ ਆਏਗਾ ਹੁਣ ਤੁਹਾਡੇ ਇੱਕ ਲਾ ਪੁਆਇੰਟ ਸੀ ਠਾਕੁਰ ਸਾਹਿਬ ਤੁਸੀਂ ਮੈਨੂੰ ਲਾ ਪੁਆਇੰਟ ਇਹ ਪੁੱਛਿਆ ਵੀ ਕੀ ਪ੍ਰੋਵੀਜ਼ਨਸ ਕਹਿੰਦੇ ਨੇ ਦੇਖੋ ਜੇ ਤਾਂ ਕੋਈ ਮਰਡਰ ਹੋ ਜਵੇ ਰੇਪ ਹੋ ਜਵੇ ਕੋਈ ਹੀਨियस ਕ੍ਰਾਈਮ ਹੋ ਜਵੇ ਕੋਈ ਡੌਰੀ ਡੈਥ ਹੋ ਜਵੇ ਉਹਦੇ ਚ ਜੇਕਰ ਆਰਮੀ ਪਰਸਨ ਇਨਵੋਲਵ ਹੋਵੇ ਤਾਂ ਫਿਰ ਪੁਲਿਸ ਜਿਹੜੀ ਹੈ ਉਹ ਇਫੈਕਟਿਵਲੀ ਆਪਣੀਆਂ ਪ੍ਰोसीਡਿੰਗਸ ਜਿਹੜੀਆਂ ਨੇ ਉਹ ਕਰ ਸਕਦੀ ਏ ਬਕਾਇਦਾ ਅਰੈਸਟ ਵੀ ਪਾ ਸਕਦੇ ਨੇ ਉਹ ਬਕਾਇਦਾ ਉਹਨਾਂ ਨੂੰ ਮੈਜਿਸਟ੍ਰੇਟ ਵੀ ਭੇਜ ਸਕਦੇ ਨੇ ਤੇ ਉਹਨੂੰ ਜੇਲ ਆਊਟ ਵੀ ਕਰ ਸਕਦੇ ਨੇ ਜੇਲ ਭੇਜ ਸਕਦੇ ਨੇ ਜੇਲ ਆਊਟ ਨਹੀਂ ਜੇਲ ਭੇਜ ਸਕਦੇ ਨੇ ਉਸ ਤੋਂ ਬਾਅਦ ਇਨਫੋਰਮ ਕਰਨਗੇ ਉੱਥੋਂ ਉਸ ਕਮਾਂਡਰ ਨੂੰ ਵੀ ਅਸੀਂ ਆਹ ਤੁਹਾਡੇ ਬੰਦੇ ਦੇ ਖਿਲਾਫ ਪੁਲਿਸ ਪ੍ਰोसीਡਿੰਗਸ ਕਰਤੀਆਂ ਹੁਣ ਇਹ ਆਰਮੀ ਐਕਟ ਚ ਜਿਹੜਾ ਪ੍ਰੋਵੀਜ਼ਨ ਏ ਅੱਜ ਸਾਡਾ ਬੜਾ ਲੰਮਾ ਸੋਣਾ ਡਿਸਕਸ਼ਨ ਸਾਡੀ ਆਪਸ ਹੋਈਆਂ ਆਰਮੀ ਐਕਟ ਦਾ ਸੈਕਸ਼ਨ 70 71 72 ਜਿਹੜਾ ਹੈ ਉਹ ਇਹ ਪ੍ਰੋਵੀਜ਼ਨਸ ਨੇ ਪਰ ਜੇ ਜਿਹੜਾ ਸਾਡੇ ਵਾਲਾ ਕੇਸ ਸੀ ਸਾਡੇ ਵਾਲਾ ਕੇਸ ਤਾਂ ਕਿਸੇ ਚ ਫੋੜ ਨਹੀਂ ਕਰਤਾ ਹਾਂ ਜੇਕਰ ਠਾਕੁਰ ਸਾਹਿਬ ਕਿਸੇ ਬੰਦੇ ਦੇ ਖਿਲਾਫ ਅਪ ਟੂ ਸੈਵਰੀਅਰ ਜਿਹੜਾ ਫੈਂਸੀ ਜਿਹਨੂੰ ਅਸੀਂ ਕਹਿੰਦੇ ਨੇ ਆ ਵੀ ਜਿਹਦੇ ਚ ਅਰਨੇਸ਼ ਕੁਮਾਰ ਦਾ ਸੈਟੀਸਫੈਕਸ਼ਨ ਆਫ ਦੀ ਆਈਓ ਜਿਹੜਾ ਛੋਟੇ ਫੈਂਸੀ ਦੀ ਉਹਨਾਂ ਦੇ ਵਿੱਚ ਇਹ ਆ ਵੀ ਜਿਹੜੀ ਸੈਕਸ਼ਨ 45 ਜਿਹੜਾ ਹੈ ਸੀਆਰਪੀਸੀ ਉਹਦੇ ਚ ਇਹ ਆ ਵੀ ਉਹ ਕਮਾਂਡਿੰਗ ਆਫੀਸਰ ਨੂੰ ਲਿਖਣਗੇ ਵੀ ਤੁਹਾਡੇ ਇਸ ਬੰਦੇ ਦੇ ਖਿਲਾਫ ਸਾਡੇ ਕੋਲ ਇੱਕ ਕੰਪਲੇਂਟ ਆਈ ਏ ਕਮਾਂਡਿੰਗ ਆਫੀਸਰ ਫਿਰ ਉਹਦੀ ਪਰਮਿਸ਼ਨ ਦੇਗਾ ਕਿ ਤੁਸੀਂ ਉਹਨੂੰ ਉਹਨੂੰ ਇਨਫੋਰਮ ਕਰੇਗਾ ਤੇ ਪਰਮਿਸ਼ਨ ਦੇਗਾ ਵੀ ਤੁਸੀਂ ਪ੍ਰਸੀਡ ਫਰਦਰ ਕਰੋ ਹੁਣ ਇਸ ਕੇਸ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਰਾ ਕਾਨੂੰਨ ਟੰਗਿਆ ਛੱਕੇ ਤੇ ਪਹਿਲਾਂ ਉਹਨਾਂ ਨੂੰ ਫੜਿਆ ਮੁੱਲਾਂਪੁਰ ਗਰੀਬਦਾਸ ਵਾਲੇ ਨੇ ਜਲੀਲ ਕੀਤਾ देयर ਆਫਟਰ ਜਿਹੜੀ ਫਿਰ ਬ੍ਰਦਰ ਨੇ ਗੱਲ ਦੱਸੀ ਏ ਉਹ ਤੇ ਦੋ ਸਪੈਕਟ ਬੜੇ ਇੰਪੋਰਟੈਂਟ ਨੇ ਹੁਣ ਮੈਂ ਕਿਉਂਕਿ ਮੇਰਾ ਅੱਜ ਮੈਂ ਇਸ ਗੱਲ ਨੂੰ ਕਨਕਲੂਡ ਕਰ ਦਿਆਂ ਇੱਕ ਅਸਪੈਕਟ ਇਹ ਬਣਾ ਇੰਪੋਰਟੈਂਟ ਹੈ ਵੀ ਜਦੋਂ ਥਾਣੇ ਚ ਲਿਆਂਦਾ ਹੈ। ਜੀ। ਪੱਟੀ ਬਣੀ ਸੀ। ਕੋਈ ਦੋ ਮੈਂ ਸ਼ਬਦ ਵਰਤਾਂਗਾ ਬੜੇ ਜੰਮਿਆਰੀ ਨਾਲ ਕਹਾਂਗਾ ਕਿ ਦੋ ਬਦਮਾਸ਼ ਲੋਕ ਸਣ ਥਾਣੇ ਚ ਕਿਉਂਕਿ ਕਿਸੇ ਨੇ ਯੂਨੀਫਾਰਮ ਨਹੀਂ ਸੀ ਪਾਈ। ਕਿਹੜਾ ਥਾਣਾ? ਥਾਣਾ ਸੈਕਟਰ 11, ਚੰਟੀਕੜ। ਉਹਨਾਂ ਦੋਕ ਬਦਮਾਸ਼ਾਂ ਨੇ ਮਤਲਬ ਜਿਵੇਂ ਥੋਡੇ ਥਾਡੇ ਜੇ ਮਾਰ ਲੱਗ ਪਏ। ਮੈਨੂੰ ਨੈਕ ਸਾਹਿਬ ਕਹਿੰਦਾ ਵੀ ਸਰ ਮੈਨੂੰ ਲੱਗਿਆ ਯਾਰ ਵੀ ਅੱਜ ਮੇਰੇ ਨਾਲ ਕੁਝ ਕਰਨਾ ਹੈ। ਇਹਨਾਂ ਨੇ ਧੱਕਾ ਹੋਣਾ ਮੇਰੇ ਨਾਲ। ਔਰ ਉਸ ਤੋਂ ਬਾਅਦ ਇੱਕ ਕਮਰੇ ਚ ਪੱਟੀ ਬਨ ਕੇ ਲੈ ਕੇ ਗਏ। ਉੱਥੇ ਜਾ ਕੇ ਉਹਨਾਂ ਦੇ ਪਿੱਛੋਂ ਕਿਸੇ ਨੇ ਮਤਲਬ ਅਜੌਲਟ ਕੀਤਾ ਥੱਪੜ ਮਾਰਿਆ ਔਰ ਉਹਨਾਂ ਦੀ ਜਿਹੜੀ ਪੱਗ ਸੀ ਉਹ ਛੁਰਉ ਉਤਰੀ ਔਰ ਸਭ ਤੋਂ ਮਾੜੀ ਗੱਲ ਮੋਸਟ オਬਜੈਕਸ਼ਨੇਬਲ ਵੀ ਜਿਹੜੇ ਜਿਹੜੇ ਨਾਇਕ ਸਾਹਿਬ ਦੇ ਨਾਲੇ ਕੰਮ ਕੀਤਾ ਉਹ ਸੰਪੂਰਨ ਗੁਰਸਿੱਖ ਤੇ ਕਮਾਂਡਿੰਗ ਆਫੀਸਰ ਜਿੱਥੇ-ਜਿੱਥੇ ਪੋਸਟਿੰਗ ਰਹੀ ਏ ਉਹਨਾਂ ਕੋਲ ਗ੍ਰੰਥੀ ਸਾਹਿਬ ਦੀ ਜਿਹੜੀ ਸੇਵਾ ਸੀ ਉਹ ਸੀ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਦੇਖ ਰੇਖ ਦੀ ਸੇਵਾ ਉਹਨਾਂ ਨੂੰ ਕਮਾਂਡਿੰਗ ਆਫੀਸਰ ਨੇ ਦਿੱਤੀ ਸੀ ਉਸ ਤੋਂ ਬਾਅਦ ਇੱਕ ਪਿੱਛੋਂ ਹਰਿਆਣਵੀ ਕਿਸੇ ਆਵਾਜ਼ ਦੇ ਵਿੱਚ ਹਿੰਦੀ ਚ ਉਹਨੇ ਗੱਲ ਕੀਤੀ ਕਿ फटाफट ਇਸਕੋ ਖਤਮ ਕਰੋ ਜੋ ਵੀ ਕਰਨਾ ਹੈ ਉਸ ਤੋਂ ਬਾਅਦ ਉਹਦੇ ਕੱਪੜੇ ਉਤਾਰੇ ਤੇ ਪ੍ਰਾਈਵੇਟ ਪਾਰਟਸ ਦੀ ਉਹਦੀ ਬਣਾਈ ਔਰ ਉਸ ਤੋਂ ਬਾਅਦ ਉਹਨੂੰ ਥੈਟ ਕੀਤਾ ਕਿ ਤੂੰ ਅੱਜ ਤੋਂ ਬਾਅਦ ਆਪਣੇ ਬੱਚੇ ਤੇ ਆਪਣੀ ਵਾਈਫ ਕੋਲ ਤੂੰ ਦਿਖਣਾ ਨਹੀਂ ਚਾਹੀਦਾ ਹੁਣ ਕਹਾਣੀ ਇਹ ਹੈ ਵੀ ਜੋ ਬਰਟੈਲਿਟੀ ਕੀਤੀ ਤੁਹਾਡਾ ਮੇਰਾ ਪਾਰਟ ਬੜਾ ਮੈਂ ਟੈਕਨੀਕਲ ਗੱਲ ਕਰਾਂਗਾ ਕਿ ਸੈਕਟਰ 11 ਵਾਲੇ ਐਸਐਚਓ ਦੇ ਕੋਲ ਕੋਈ ਕੰਪਲੇਂਟ ਉਹਦੀ ਵਾਈਫ ਨੇ ਦਿੱਤੀ ਸੀ ਕੀ اختیار ਸੀ ਉਹਦੇ ਕੋਲ ਉਹਨੂੰ ਬੁਲਾ ਕੇ ਲੈ ਕੇ ਜਾਣ ਦਾ ਜਾਂ ਉਸ ਇੰਡੀਅਨ ਆਰਮੀ ਦੇ ਪਰਸਨ ਨੂੰ ਅੰਦਰ ਜਾ ਕੇ ਇਨਟੈਰੋਗਟ ਕੀਤਾ ਰੋਦੀ ਇਸ ਤਰ੍ਹਾਂ ਦੀ ਬਰੂਟਲਿਟੀ ਕਰਨ ਦਾ ਹੁਣ ਸਾਡਾ ਜਿਹੜਾ ਅੱਜ ਵਾਲਾ ਸਪੈਕਟ ਹੈ ਅਸੀਂ ਮਾਨਯੋਗ ਹਾਈ ਕੋਰਟ 'ਚ ਤਾਂ ਗਏ ਕਿਉਂਕਿ ਕਮਾਂਡਿੰਗ ਅਫਸਰ ਵੀ ਕਹਿ ਰਿਹਾ ਸੀ ਔਰ ਇਹਨਾਂ ਨੇ ਇਨਵੈਸਟੀਗੇਸ਼ਨ ਨਹੀਂ ਕਿ ਏਐਸਆਈ ਨੂੰ ਮਾਰਕ ਕਰਤੀ ਐਸਐਸਪੀ ਨੇ 2 ਮਹੀਨਿਆਂ ਤੱਕ ਕੁਝ ਨਹੀਂ ਕੀਤਾ ਚੰਡੀਗੜ੍ਹ ਵਾਲੇ ਐਸਐਸਪੀ ਨੇ ਮੈਂ ਰਿਪਰੈਜ਼ੈਂਟੇਸ਼ਨ ਦਿੱਤੀ ਕਮਾਂਡਿੰਗ ਆਫੀਸਰ ਕਹ ਰਹੇ ਨਹੀਂ ਪਰ ਕੁਝ ਨਹੀਂ ਹੋਇਆ ਫਾਈਨਲੀ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ 'ਚ ਗਏ ਬਾਕਾਇਦਾ ਡਿਟੇਲ ਜਜਮੈਂਟ ਆਈ ਸੀਸੀਟੀਵੀ ਫੁਟੇਜ ਦਾ ਕੋਈ ਨਹੀਂ ਕਿਹਾ ਨੋਟਿਸ ઓ ਮੋਸ਼ਨ ਸਟੇਟਸ ਰਿਪੋਰਟ ਮਗੀਏ ਹੁਣ ਸਾਡਾ ਹੁਣ ਦਾ ਕੀ ਹੈ ਨਾਓ ਗੇਨ ਦਾ ਮੈਟ੍ਰਿਕਸ ਪੈਂਡਿੰਗ ਫੋਰ ਦੀ ਔਨਰੇਬਲ ਕੋਰਟ ਫੋਰ 21 ਫਬਰੀ ਹੁਣ ਸਾਡਾ ਇਹ ਹੈ ਕਿ ਉਸ ਦਿਨ ਤੋਂ ਬਾਅਦ ਮਾਮਲਾ ਪਬਲਿਕ ਡੋਮੇਨ ਤੇ ਜਾਂਦਾ ਠਾਕੁਰ ਸਾਹਿਬ ਮੇਰੇ ਕੋਲ ਤੇ ਬ੍ਰਦਰ ਕੋਲ ਇਕੱਠੇ ਬਹੁਤ ਫੋਨ ਸਾਰੀ ਇੰਡੀਅਨ ਆਰਮੀ ਦੀ ਆਉਂਦੇ ਨੇ ਔਰ ਸਿਰਫ ਇੱਕੋ ਹੀ ਸੀ ਸਿੱਖ ਰੈਜiment ਸਿੱਖ ਲਈ ਜਾਂ ਸਿੱਖ ਲਈ ਮੈਂ ਇਹ ਵੀ ਨਹੀਂ ਕੱਲੀ ਕੱਲੀ ਸਿੱਖਾਂ ਦੀ ਗੱਲ ਨਹੀਂ ਸਾਰੀ ਇੰਡੀਅਨ ਆਰਮੀ ਨੇ ਫੋਨ ਕੀਤੇ ਕਿ ਸਰ ਇਹ ਸਾਡੀ ਦਸਤਾਰ ਸਾਡੀ ਪੱਗ ਸਾਡੀ ਇੱਜ਼ਤ ਨੂੰ ਉੱਥੋਂ ਪਾਇਆ ਸੋ ਉਹਦੇ ਚ ਅਸੀਂ ਅੱਜ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਸਾਡੀ ਬੜੀ ਸਰਮੋਰ ਸੰਸਥਾ ਅਜੋ ਉਹਨਾਂ ਨੂੰ ਅਸੀਂ ਪ੍ਰੇਅਰ ਮੈਂਬਰਡ ਯੂਜ਼ ਕਰਾਂਗਾ ਅਸੀਂ ਪ੍ਰਾਰਥਨਾ ਕੀਤੀ ਹੈ ਕਿ ਵੀ ਤੁਸੀਂ ਇਸ ਮਾਮਲੇ ਚ ਸਿੱਖ ਕਮਿਊਨਿਟੀ ਜਿੰਨੀ ਹੈ ਥਰੋਅੱਟ ਵਰਲਡ ਉਹਨਾਂ ਦੇ ਹਿਰਦੇ ਵਲੁੰਦਰੇ ਗਏ ਨੇ ਸੋ ਮਾਮਲਾ ਨੈਸ਼ਨਲ ਇਸ਼ੂ ਹੈ ਤੁਸੀਂ ਇਹਦੇ ਚ ਇਨਕਲਾਈਨ ਕਰੋ ਤੇ ਤੁਸੀਂ ਆਪਣੇ ਵੱਲੋਂ ਡੀਜੀਪੀ ਪੰਜਾਬ ਤੇ ਡੀਜੀਪੀ ਚੰਡੀਗੜ੍ਹ ਮੇਨ ਜਿੱਥੇ ਡਿਸਰੈਸਪੈਕਟ ਪੱਗ ਦੀ ਹੋਈ ਹੈ ਵੀ ਤੁਸੀਂ ਕਹੋ ਵੀ ਇਮੀਡੀਏਟਲੀ ਇਹਨਾਂ ਦੇ ਖਿਲਾਫ ਪਰਚਾ ਦਰਜ ਕਰੋ ਤੇ ਉਸ ਤੋਂ ਬਾਅਦ ਜਿਹੜਾ ਹੈ ਇਸ ਮਾਮਲੇ ਨੂੰ ਥਾਰੋ ਲਈ ਡੀਪ ਇਨਵੈਸਟੀਗੇਟ ਕੀਤਾ ਜਾਵੇ ਸਾਈਮਲਟੇਨੀਅਸਲੀ ਸਰ ਕਰਨਲਸ ਆਫ ਜਾਣਗੇ ਨੈਕਸਟ ਸਾਈਮਲਟੇਨੀਅਸਲੀ ਅਸੀਂ ਡਿਫੈਂਸ ਮਿਨਿਸਟਰੀ ਪੀਐਮ ਓਫਿਸ ਨੂੰ ਅਸੀਂ ਸੈਕਟਰੀ ਡਿਫੈਂਸ ਚੀਫ ਆਫ ਆਰਮੀ ਸਟਾਫ ਨੂੰ ਵੀ ਅੱਜ ਅਸੀਂ ਰਿਪਰੈਜ਼ੈਂਟੇਸ਼ਨਸ ਦੇ ਕੇ ਅਸੀਂ ਸਾਰੀਆਂ ਕਿਹਾ ਵੀ ਇਮੀਡੀਏਟਲੀ ਇਸ ਮਾਮਲੇ 'ਚ ਇਨਕਲਾਈਨ ਕਰੋ ਇਹ ਬੜਾ ਸੈਂਸਿਟਿਵ ਇਸ਼ੂ ਹੈ ਔਰ ਇੱਕ ਬੜੀ ਬੈਡ ਐਗਜ਼ਾਮਪਲ ਹੋਏਗੀ ਸਮਾਜ ਦੇ ਲਈ ਜੇਕਰ ਇੱਕ ਸਾਡਾ ਸਿੱਖ ਜਿਹੜਾ ਆਰਮੀ ਪਰਸਨ ਹੈ ਜੇਕਰ ਉਹਨੂੰ ਵੀ ਅਸੀਂ ਜਿਹੜਾ ਇਨਸਾਫ ਅਸੀਂ ਨਹੀਂ ਦੇ ਸਕਦੇ ਗਰੋਵਰ ਸਾਹਿਬ ਕੋਲ ਵੀ ਜਾਵਾਂਗੇ ਉਸ ਤੋਂ ਪਹਿਲਾਂ ਮੇਰੇ ਛੋਟੇ ਛੋਟੇ ਦੋ ਸਵਾਲ ਸੀਗੇ ਤੁਸੀਂ ਕਿਹਾ ਹੈ ਕਿ ਤੁਸੀਂ ਬੇਨਤੀ ਪੱਤਰ ਇੱਕ ਜਿਹੜਾ ਸ਼੍ਰੀ ਕਾਲਤਕ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਵੀ ਲਿਖਿਆ ਮਾਨਯੋਗ ਅਦਾਲਤ ਨੇ ਕੀ ਨੋਟਿਸ ਕੀਤਾ ਹੈ ਡੀਜੀਪੀ ਚੰਡੀਗੜ੍ਹ ਜਵਾਬਦਿਲ ਵੀ ਹੋਈ ਹੈ ਬਿਲਕੁਲ ਬਿਲਕੁਲ ਜਿਹੜਾ ਅਸੀਂ ਜਿਹੜਾ ਨੋਟਿਸ ਕੀਤਾ ਹੈ ਨੋਟਿਸ ਡਿਟੇਲ ਆਰਡਰ ਹੈਸ ਬੀਨ ਪਾਸਡ ਬਾਏ ది ਔਨਰੇਬਲ ਕੋਰਟ ਜਿਹਦੇ ਚ ਉਹਨਾਂ ਨੇ ਨੋਟਿਸ ਆਫ ਮੋਸ਼ਨ ਹੈਸ ਔਲਰੇਡੀ ਬੀਨ ਇਸ਼ੂਡ ਟੂ ਦੀ ਕਨਸਰਨ ਕਿਹੜੇ ਕਿਹੜੇ ਡੀਜੀਪੀ ਚੰਡੀਗੜ੍ਹ ਡੀਜੀਪੀ ਪੰਜਾਬ ਸਬ ਇੰਸਪੈਕਟਰ ਨੂੰ ਬਣਾਇਆ ਡੀਜੀਪੀ ਸਾਹਿਬ ਇਜ਼ ਨਾਟ ਪਾਰਟੀ ਡੀਜੀਪੀ ਪੰਜਾਬ ਇਜ਼ ਨਾਟ ਪਾਰਟੀ ਸਬ ਇੰਸਪੈਕਟਰ ਜਿਹੜਾ ਪਰਮਜੀਤ ਸਿੰਘ ਮੁੱਲਾਂਪੁਰ ਗਰੀਬਦਾਸ ਹੂ ਇਜ਼ ਦਾ ਕਲਪਰੇਟ ਓਵਰ ਦੀ ਮੈਟਰਨ ਕੁਐਸਚਨ ਜਿਹੜਾ ਇਸ ਦੇ ਵਿੱਚ ਦੋਸ਼ੀ ਆ ਸੀ ਉਹਨੂੰ ਪਾਰਟੀ ਇਮਪਲੀਟ ਕੀਤਾ ਸ ਉਹਦੇ ਵਿੱਚ ਪਾਰਟੀਏ ਜਿਹੜਾ ਸੁਨੀਲ ਏ ਉਹਦੇ ਵਿੱਚ ਜਿਹੜਾ ਕਨਸਟੇਬਲ ਏ ਅਸੀਂ ਸਾਰੇ ਬੜੀ ਡਿਟੇਲਸ ਅਸੀਂ ਬਾਈ ਪਾਰਟੀ ਬਣਾਏ ਨੇ ਸੋ ਉਹਦੇ ਚ ਉਹਨਾਂ ਨੇ ਕਿਹਾ ਵੀ ਤੁਸੀਂ ਇਹਦੇ ਤੇ ਸਟੇਟਸ ਰਿਪੋਰਟ ਮੇਰੇ ਕੋਲ ਲਿਆਓ ਵੀ ਇਹਦੇ ਚ ਕੀ ਮਾਮਲਾ ਹੈ ਤੇ ਉਹਦੇ ਤੇ ਬਕਾਇਦਾ ਮੈਨੂੰ ਜੱਜ ਸਾਹਿਬ ਦੀ ਅਪੋਰਟਿੰਗ ਸੀ ਵੀ ਕੀ ਮਿਸਟਰ ਕਾਉਂਸਲ ਤੁਸੀਂ ਸੈਟੀਸਫਾਈਡ ਹੋ ਰੀਅਲੀ ਇਟਸ ਵੈਰੀ ਸ਼ੇਮਫੁਲ ਐਕਟ ਤਾਂ ਮੈਂ ਫਰਦਰ ਪ੍ਰੇਅਰ ਕੀਤੀ ਮੈਂ ਕਿਹਾ ਜੀ ਮੈਂ ਕਾਈਂਲੀ ਸੀਸੀਟੀਵੀ ਫੋਟੋਸ ਜਿਹੜਾ ਪ੍ਰੀਜ਼ਰਵ ਕਰਾਓ ਉਹਨਾਂ ਨੇ ਮੇਰੀ ਅਲਾਓ ਕੀਤੀ ਔਰ ਬਕਾਇਦਾ ਉਸ ਆਰਡਰ ਚ ਵੀ ਤੁਸੀਂ ਸੀਸੀਟੀਵੀ ਫੁਟੇਜ ਔਰ ਜੋ ਉਸ ਦਿਨ ਹੋਇਆ ਵਾਕ ਇੱਕ ਫੌਜੀ ਦੇ ਨਾਲ ਇਹ ਸਾਰੀ ਤਸ਼ੱਦਦ ਸੈਕਟਰ 11 ਥਾਣੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੀਤੀ ਜਾ ਰਹੀ ਸੀ ਐਸ ਐਚਓ ਜਿਹੜੇ ਮਲਕੀਤ ਸਿੰਘ ਨੇ 11 ਸੈਕਟਰ ਥਾਣੇ ਦੇ ਉੱਥੇ ਮੌਜੂਦ ਸੀ ਬਿਲਕੁਲ ਮੌਜੂਦ ਸੀ ਦੇਖੋ ਸਰ ਮੇਰੀ ਗੱਲ ਸੁਣੋ ਹੂ ਇਜ਼ ਦਾ ਰਿਸਪੌਂਸਿਬਲ ਆਫ ਦੈਟ ਵਾਰੀ ਪਾਰਟਿਕੂਲਰ ਪੁਲਿਸ ਸਟੇਸ਼ਨ ਕੌਣ ਉਹਦਾ ਰਿਸਪੌਂਸਿਬਲ ਹੈ ਐਸ ਐਚਓ ਇਜ਼ ਰਿਸਪੌਂਸਿਬਲ ਐਸ ਐਚਓ ਮੇਰੀ ਗੱਲ ਸੁਣੋ ਮੋਕੇ ਦੇ ਉੱਪਰ ਸੀਸੀਟੀਵੀ ਫੁਟੇਜ ਜਿਹੜਾ ਹੈ ਉਹ ਇਟਸੈਲਫ ਡਿਪਿਕਟ ਕਰ ਦੇਗਾ ਔਰ ਦੂਜੀ ਹਾਈ ਕੋਰਟ ਨੇ ਕਿਹਾ ਹੈ ਕਿ ਫੁਟੇਜ ਪ੍ਰੀਜ਼ਰਵ ਕੀਤੀ ਜਾਵੇ ਤਾਂ ਉਹ ਲੱਗਦਾ ਹੈ ਕਿ ਫੁਟੇਜ ਚੰਡੀਗੜ੍ਹ ਪੁਲਿਸ ਜਰੀ ਹੈ ਮਾਨਯੋਗ ਅਦਾਲਤ ਤੱਕ ਪੇਸ਼ ਕਰੇਗੀ ਸਰ ਮੈਨੂੰ ਮੈਨੂੰ ਹਾਲਤੀ ਘੜੀ ਉਹਨਾਂ ਨੇ ਮਾਨਯੋਗ ਕੋਰਟ ਨੇ ਪ੍ਰੀਜ਼ਰਵ ਕਰਨ ਦੀ ਕਿਹਾ ਪਰ ਇਹਦੇ ਵਿੱਚ ਮੈਂ ਵੈਰੀਫਾਈ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਣਾ ਵੀ ਜੇਕਰ ਉਸ ਫੁਟੇਜ ਦੇ ਨਾਲ ਕੁਝ ਛੇੜਛਾੜ ਹੁੰਦੀ ਹੈ ਤਾਂ ਉਹਦੇ ਚ 201 ਡਿਸਟਰੋਏ ਉਹਨੂੰ ਐਵੀਡੈਂਸ ਨੂੰ ਕਰਨ ਪ੍ਰਤੀ ਸਪੈਸਿਫਿਕ ਧਰਾਵਾਂ ਨੇ ਸਖਤ ਧਰਾਵਾਂ ਨੇ ਔਰ ਦੂਜੀ ਕਾਲ ਇਹ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਡਿਟੇਲ ਜੱਜਮੈਂਟ ਕਰਤੀ ਕਿ ਤੁਸੀਂ 18 ਮਹੀਨੇ ਤੱਕ ਪਬਲਿਕ ਪਲੇਸਿਸ ਦੇ ਵਿੱਚ ਤੁਸੀਂ ਕਿਸੇ ਵੀ ਫੁਟੇਜ ਨੂੰ ਜਸਟਿਸ ਐਨ ਐ ਸਖਾਵਾ ਸਾਹਿਬ ਨੇ ਸਾਡੇ ਨੇ ਡਿਟੇਲ ਜੱਜਮੈਂਟ ਕੀਤੀ ਹੈ ਕਿ ਤੁਸੀਂ ਹਰ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਸੀਸੀਟੀਵੀ ਫੁਟੇਜ ਲਾਓ ਔਰ ਇਹਨਾਂ ਦਾ ਐਕਟੈਂਡ ਕੰਡਕਟ ਪਤਾ ਲੱਗੇ ਸਿਰਫ ਮੈਂ ਇਸ ਗੱਲ ਤੋਂ ਅਸੀਂ ਬੜੇ ਸਰਪ੍ਰਾਈਜ਼ਡ ਹਾਂ ਵੀ ਇਹ ਹਾਲਾਤ ਇਹ ਐਟੀਟਿਊਡ ਕਦੋਂ ਸੁਧਰੇਗਾ ਜੇਕਰ ਬ੍ਰਦਰ ਨੇ ਗੱਲ ਬੜੀ ਵਧੀਆ ਪਿੰਪ ਪੁਆਇੰਟ ਕੀਤੀ ਵੀ ਜਿੱਥੇ ਦੋ ਦੋ ਸਟੇਟਸ ਦੇ ਡੀਜੀਪੀ ਨੇ ਯੂਟੀ ਦਾ ਡੀਜੀਪੀ ਬੈਠਾ ਹੈ ਆਨਰੇਬਲ ਹਾਈ ਕੋਰਟ ਹੈ ਜਿੱਦੇ ਚ ਇੰਨੇ ਸਾਡੇ ਮਾਨਯੋਗ ਜੱਜਿਸ ਬੈਠੇ ਨੇ ਗਵਰਨਰ ਸਾਹਿਬ ਬੈਠੇ ਨੇ ਆਪਣੇ ਚੀਫ ਮਿਨਿਸਟਰ ਸੇ ਬੈਠੇ ਨੇ ਸਰ ਜੇਕਰ ਉਸ ਏਰੀਆ ਦੇ ਵਿੱਚ ਆ ਹਾਲ ਹੈ ਲਾ ਲੈਸਨੈਸ ਵਰਡ ਯੂਜ਼ ਕਰਾਂਗਾ ਲਾ ਲੈਸਨੈਸ ਤਾਂ ਫਿਰ ਤੁਸੀਂ ਕੀ ਕਿਸੇ ਤੋਂ ਐਕਸਪੈਕਟ ਹੋਰ ਜਗ੍ਹਾ ਆਲੇ ਪੁਲਿਸ ਸਟੇਸ਼ਨ ਤੋਂ ਅਸੀਂ ਕੀ ਐਕਸਪੈਕਟ ਕਰ ਤੁਸੀਂ ਕਹ ਤੁਸੀਂ ਕਈ ਜਗ੍ਹਾ ਕੰਪਲੇਂਟਸ ਪਾਈਆਂ ਨੇ ਕੀ ਐਡਵੋਕੇਟ ਸਾਹਿ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮਸਲਾ ਬਣਦਾ ਹੈ ਤੇ ਕੀ ਮਨੁੱਖੀ ਅਧਿਕਾਰਾਂ ਨੂੰ ਵੀ ਇਸ ਬਾਰੇ ਜਾਣੂ ਕਰਵਾਇਆ ਗਿਆ ਦੇਖੋ ਮੈਂ ਟੂ ਬੀ ਵੈਰੀ ਫ੍ਰੈਂਕ ਅਸੀਂ ਜਿਹੜੀ ਹਿਊਮਨ ਰਾਈਟਸ ਵਾਲੇ ਐ ਕਿਉਂਕਿ ਬੜਾ ਇਨੀਸ਼ੀਏਟਿਵ ਕਮਾਂਡਿੰਗ ਆਫੀਸਰ ਸਾਹਿਬ ਨੇ ਆਪ ਲਿਆ ਹੈ ਜਿੱਥੋਂ ਜਿੱਥੇ ਕਮਾਂਡਿੰਗ ਆਫੀਸਰ ਜਿੱਥੇ ਉਹ ਇਸ ਟਾਈਮ ਪੋਸਟਡ ਨੇ ਸੋ ਉਹਨਾਂ ਨੇ ਆਪਣੇ ਵੱਲੋਂ ਵੀ ਜਥੇਦਾਰ ਸਾਹਿਬ ਨੂੰ ਵੀ ਲਿਖਿਆ ਜੋ ਮੇਰੇ ਕੋਲ ਇਨਸਟਰਕਸ਼ਨਸ ਆਈਆਂ ਨੇ ਆਪਣੇ ਵੱਲੋਂ ਉਹਨਾਂ ਨੇ ਐਸਜੀਪੀਸੀ ਪ੍ਰੈਜ਼ੀਡੈਂਟ ਨੂੰ ਵੀ ਲਿਖਿਆ ਆਪਣੇ ਵੱਲੋਂ ਉਹਨਾਂ ਡਿਫੈਂਸ ਮਿਨਿਸਟਰੀ ਨੂੰ ਵੀ ਅਪਰਾਇਜ਼ ਕਰਵਾਤਾ ਹੈ ਤੇ ਉਹਨਾਂ ਵੱਲੋਂ ਹੀ ਹਿਊਮਨ ਰਾਈਟਸ ਵੱਲੋਂ ਵੀ ਜਾਇਆ ਗਿਆ ਸੋ ਮੈਨੂੰ ਇਹ ਲੱਗਦਾ ਵੀ ਆਨਰੇਬਲ ਹਾਈ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਹੈ ਸੋ ਹਿਊਮਨ ਰਾਈਟਸ ਵੀ ਸੀ ਫਰਟ ਪਰ ਫੌਜ ਵੀ ਐਕਸ਼ਨ ਦੇ ਵਿੱਚ ਹੈਗੀ ਹੈ ਆਪਣੇ ਫੌਜੀ ਦੇ ਲਈ ਸਰ ਉਹ 100% ਉਹਨਾਂ ਦਾ ਹੀ ਉਹਨਾਂ ਦਾ ਪਾਰਟ ਹੈ ਔਰ ਉਹਦੇ ਚ ਜਿਹੜੀਆਂ ਪਹਿਲੀਆਂ ਦੋ ਤਿੰਨ ਲਾਈਨਾਂ ਨੇ ਉਹ ਬੜੀਆਂ ਮੈਨੂੰ ਪੜ ਕੇ ਮੈਨੂੰ ਆਪਣੇ ਆਪ ਨੂੰ ਇਹ ਲੱਗਿਆ ਵੀ ਸਾਡੇ ਚੰਡੀਗੜ੍ਹ ਪੁਲਿਸ ਦਾ ਪਾਰਟ ਤੇ ਰੀਅਲੀ ਇਟਸ ਵੈਰੀ ਸ਼ੈਮਫੁਲ ਜਿੱਥੇ ਕਮਾਂਡਿੰਗ ਆਫਿਸਰ ਇਹ ਗੱਲ ਕਹਿ ਰਿਹਾ ਵੀ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਬੰਦੂਕ ਫੜ ਕੇ ਇਸੇ ਕਰਕੇ ਬਾਰਡਰ ਤੇ ਖੜੇ ਆ ਵੀ ਅਸੀਂ ਤੁਹਾਡੀ ਰਾਖੀ ਕਰੀਏ ਔਰ ਤੁਹਾਨੂੰ ਅਸੀਂ ਪ੍ਰੋਟੈਕਟ ਕਰਕੇ ਰੱਖੀਏ ਤੇ ਤੁਹਾਡਾ ਮੋਟੋ ਕੀ ਹੈ ਕਿ ਵੀ ਆਰ ਵੀ ਕੇਅਰ ਫੋਰ ਵੀ ਆਰ ਰੈਡੀ ਫੋਰ ਕੇਅਰ ਫੋਰ ਯੂ ਅਸੀਂ ਵੀ ਕੇਅ ਆ ਕੁਝ ਜੇ ਤੁਸੀਂ ਉਹ ਕਹਿੰਦੇ ਵੀ ਇਟਸ ਰੀਅਲੀ ਵੈਰੀ ਸ਼ੇਮਫੁਲ ਵੀ ਮੈਨੂੰ ਬੜਾ ਮਾੜਾ ਲੱਗਾ ਵੀ ਮੇਰੇ ਹਿੱਸਾ ਮੇਰੇ ਪਾਰਟ ਮੇਰੇ ਨੈਕ ਨਾਲ ਤੁਸੀਂ ਇਹ ਕੁਝ ਕੀਤਾ ਪਰ ਮੈਂ ਬੜਾ ਸਰਪ੍ਰਾਈਜ਼ ਹਾਂ ਵੀ ਕਰਨਲ ਸਾਹਿਬ ਦੀ ਲੈਟਰ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਇੱਕ ਏਐਸਆਈ ਨੂੰ ਮਾਰਕ ਕਰਤਾ ਹੈ ਮੈਡਮ ਨੇ ਜੀ ਉਹ ਚਿੱਠੀ ਹੋਈ ਤਾਂ ਜ਼ਰੂਰ ਲੈਟਰ ਕੱਢਿਓ ਆ ਗੱਲ ਕਰਾਂਗੇ ਗਰੁੱਪ ਕੈਪਟਨ ਕਰਨਲ ਗਰੋਵਰ ਜੀ ਦੇ ਨਾਲ ਗਰੋਵਰ ਸਾਹਿਬ ਤੁਹਾਨੂੰ ਪਹਿਲੇ ਇਨਸਟੈਂਸ ਤੇ ਮਤਲਬ ਕਿ ਪਹਿਲੀ ਜਦੋਂ ਤੁਸੀਂ ਇਹ ਤੁਹਾਨੂੰ ਪਤਾ ਲੱਗਦਾ ਇੱਕ ਫੌਜੀ ਦੇ ਨਾਲ ਥਾਣੇ ਵਿੱਚ ਇਹ ਕੁਝ ਹੋਇਆ ਹੈ ਇੱਕ ਫੌਜੀ ਦੇ ਦਿਲ ਤੇ ਕੀ ਬੀਤੀ ਇਟ ਇਜ਼ ਵੈਰੀ ਡਿਸਟਰਬਿੰਗ ਬਿਕੋਜ਼ ਆ ਚੀਜ਼ ਜਿਹੜੀ ਹੈ ਮੈਂ YouTube ਤੇ ਉੱਤੇ ਵੀ ਮੈਨੂੰ ਦਿਖੀ ਤੇ ਮੇਰੇ ਮੋਸਟ ਰਿਸਪੈਕਟਡ ਗੁਰ ਸਾਹਿਬ ਸਾਹਿਬ ਤੇ ਗੁਰ ਅਮਰਿਤ ਜੀ ਨੇ ਵੀ ਮੈਨੂੰ ਦੱਸਿਆ ਕਿ ਇਦਾਂ ਦਾ ਹੋਇਆ ਇਟ ਇਜ਼ ਵੈਰੀ ਡਿਸਟਰਬਿੰਗ ਬਿਕੋਜ਼ ਵੀ ਲੀਵ एवरीथिंग ਐਂਡ ਵੀ ਓਨਲੀ ਥਿੰਕ ਆਫ ਵਨ ਥਿੰਗ ਦੈਟ ਹਾਊ ਡੂ ਆਈ ਪ੍ਰੋਟੈਕਟ ਮਾਈ ਨੇਸ਼ਨ ਐਂਡ ਹਾਊ ਡੂ ਆਈ ਪ੍ਰੋਟੈਕਟ ਮਾਈ ਮਾਈ my you know surroundings uh, so that the enemy does not come in te je mere bande nal jinne actually uh, who has to fight the war je us de nal idda di waqiya hoye te dukh lagda there are there are provisions in the law army law says very clearly 70 71 72 ordered uh, by lawyers have said it je uttan da koi case hunda te zarur tusi ਤੁਹਾਨੂੰ ਯੂ ਕੈਨ ਟੇਕ ਯੋਰ ਲੀਗਲ ਐਕਸ਼ਨ ਬਟ ਐਟ ਦ ਸੇਮ ਟਾਈਮ ਜਦ ਕੋਈ ਚੀਜ਼ ਹੀ ਨਹੀਂ ਹੈ ਉਸ ਦੇ ਉੱਤੇ ਇੱਕ ਨਾਇਕ ਨੂੰ ਤੁਸੀਂ ਚੱਕ ਕੇ ਲੈ ਕੇ ਜਾ ਰਹੇ ਹੋ ਤੇ ਇਟ ਇਜ਼ ਵੈਰੀ ਵੈਰੀ ਪੇਨਫੁਲ ਸਰ ਨਾਇਕ ਵੈਸੇ ਵੀ ਨਹੀਂ ਚਲੋ ਆਰਮੀ ਫੌਜੀ ਨੇ ਇੱਕ ਸਾਡੇ ਦਿਲ ਚ ਰਿਸਪੈਕਟ ਹੈ ਪਰ ਵਕੀਲ ਸਾਹਿਬ ਨੇ ਵੀ ਦੱਸਿਆ ਕਿ ਉਹ ਉੱਥੇ ਵੀ ਗਰੰਥੀ ਸਿੰਘ ਦੀ ਸੇਵਾ ਕਰਦੇ ਨੇ ਗੁਰਦੁਆਰੇ ਵੀ ਸੇਵਾ ਕਰਦੇ ਨੇ ਤੇ ਉਸ ਲਿਹਾਜ਼ ਨਾਲ ਉਹਨਾਂ ਦੀ ਇੰਪੋਰਟੈਂਸ ਹੋਰ ਕਿੰਨੀ ਵੱਧ ਜਾਂਦੀ ਹੈ देखो इम्पॉर्टेंस बहुत है जी सी ही इज़ बीन पुट असाइंड ऑन अ स्पेशल ड्यूटी ऑफ अ ग्रंथि ए बिकॉज इट इज़ अ सिखिला यूनिट इट आल्सो हैपन्स इन इन अदर यूनिट्स लाइक गढ़वाल राइफल्स एंड एंड थिंग्स लाइक दैट जहां पर पंडित जी रोज की पूजा करते हैं वहां पर जब 14 1500 लोग इकट्ठे होते हैं तो उस चीज़ को आप मंदिर परेड बोला जाता है ये ये कोई नॉर्मल चीज़ नहीं है उसको मंदिर परेड बोला जाता है उसको गुरुद्वारा परेड बोला जाता है तो उस चीज़ के हिसाब से उन उन उनकी महानता है लोग उनकी तरफ़ देखते हैं उनसे जाके बात करते हैं उसके साथ में इस तरीके का वाक़ा तोड़ना ये एक बहुत ही दर्दनाक और शर्कनाक वाक़ क्योंकि इससे सबसे बड़ी चीज़ जो एक फ़ौजी जिससे जंग लड़ता है वो उसको आप कितने भी हथियार दे दो वो उसके लिए बहुत बड़ी चीज़ है लेकिन सबसे बड़ी चीज़ जिससे वो लड़ता है वो है मुाल उसका आप मु तोड़ दो ਉਹ ਜੰਗ ਨਹੀਂ ਜਿੱਤ ਸਕਤਾ ਤਾਂ ਇਹ ਚੀਜ਼ ਜੋ ਹੈ ਇਹ ਗਲਤ ਹੋਈ ਹੈ ਦੂਸਰੀ ਚੀਜ਼ ਇਹ ਹੈ ਕਿ ਇੱਕ ਸਿੱਖ ਦੇ ਉੱਪਰ ਆਪਨੇ ਉਸकी उसकी ਸ਼ਾਨ ਉਸकी ਪਗੜੀ ਕੇ ਉੱਪਰ ਆਪਨੇ ਹੱਥ ਧਾਲਾ ਉਹ ਗਲਤ ਹੈ ਸਰ ਪੁਲਿਸ ਦੇ ਨਾਲ ਮੈਨੂੰ ਇਹ ਵੀ ਸੁਣਨ ਚਾਹੀਐ ਸੀ ਵੀ ਤੁਹਾਡਾ ਵੀ ਕੋਈ ਬਹੁਤਾ ਚੰਗਾ ਜਿਹੜਾ ਹੈਗਾ ਤਾਲਮੇਲ ਨਹੀਂ ਰਿਹਾ ਮੈਂ ਗਰੋਵਰ ਸਾਹਿਬ ਬਾਰੇ ਦੱਸਾਂਗਾ ਇਕੱਲੇ ਹੀ ਨਹੀਂ ਇਹਨਾਂ ਦੇ ਦੋਵੇਂ ਭਰਾ ਇਹ ਫੌਜ ਵਿੱਚ ਸਰਵ ਕਰ ਚੁੱਕੇ ਨੇ देश की सेवा की है पर इन्हू भी जदों कदे किसी मामले थाने जा सब बनया तो थोड़े ना भी मैं सुनिया बहुता चंगा कोई सलूक किया नहीं किया देखिए जी मैं एक फ़ौजी परिवार से आता हूँ मेरे फादर साहब और मेरे दो बड़े भाई और उनके बच्चे आगे सारे फौज में वर्दियों वर्दियाँ काफ़ी हैं परिवार के अंदर एक शान है एक शौकत है एक जज्बा है आ, मैंने आज से कोई दो साल पहले एक हादसे में अपना बेटा खोया बत्तीस साल का बेटा था चौबीस लोगों की जान बचाते बचाते उसने अपनी जान गवाई अट्ठाईस दिन के बाद में उसको उसका पार्थिव शरीर मिला उसका संस्कार किया और उसके बाद में कुछ ऐसी चीज़ें हुई जो फैमिली की वजह से जब मुझे बुलाया जाता था थाने में बुलाया जाता था और कोई ऐसा सलूक कोई मैं आपसे ये नहीं कहूँगा मैं एक आम इंसान हूँ एक आम इंसान के साथ में जैसा सलूक होना चाहिए वो मेरे साथ में नहीं हुआ यहाँ पर अगर आप देखा जाए तो आपने एक इंसान को फिज़िकली आपने नंगा कर दिया यहाँ पर आपके सामने एक रिटायर्ड वेटरन बैठा हुआ जो एक सीनियर सिटीज़न है आपने कुछ ऐसे इंस्टेंसेस हैं मेरे पास में जो मैं इस वक्त खुल के आपको नहीं बताना चाहूँगा लेकिन सिर्फ इतना बोला बोलना चाहूँगा कि मेरे जैसे एक इंसान के साथ भी मेरी रूह को नंगा किया गया ये बड़ी चीज़ है जो मैं आपसे कह रहा हूँ सिर्फ इस चीज़ के पीछे अगर आप आप अंडरस्टैंड करें और उस वक्त सिर्फ मेरा हाथ थामने के लिए मेरे पास में और कोई नहीं था सिवाय दो घुमन ब्रदर्स के जो बैठे हुए मेरे साथ में गुरु साहिब जी हैं गुरु अमृत जी हैं इन्होंने मेरा हाथ पकड़ा और मुझे थोड़ी सी मेरी इज्जत वापस दिलाई और वो केस अभी चल रहा है तुम ये देखो जब एक फौजी एक ਅਫਸਰ ਖੁਦ ਇਹ ਕਹਿ ਰਿਹਾ ਹੋਵੇ ਕਿ ਮੈਨੂੰ ਸਰੀਰਕ ਤੌਰ ਤੇ ਤਾਂ ਨਹੀਂ ਪਰ ਮੇਰੀ ਰੂਹ ਨੂੰ ਨੰਗਾ ਕੀਤਾ ਗਿਆ ਪੁਲਿਸ ਵੱਲੋਂ ਪੁਲਿਸ ਅਧਿਕਾਰੀਆਂ ਵੱਲੋਂ ਤਾਂ ਕਿੰਨੀ ਵੱਡੀ ਗੱਲ ਹੋਵੇਗੀ ਜਿਹੜੇ ਇਸ ਫੌਜੀ ਦਾ ਫੌਜੀ ਸਾਹਿਬ ਦਾ ਮਾਮਲਾ ਸਾਹਮਣੇ ਆਇਆ ਸੁਣਿਆ ਹੈ ਜਦੋਂ ਇਹ ਜੈਕਾਰਾ ਛੱਡਦੇ ਨੇ ਸਰਹੱਦ ਤੇ ਲੜਨ ਵੀ ਤਾਂ ਹੀ ਜਾਂਦੀ ਹੈ ਬਿਲਕੁਲ ਜੀ ਜੈਕਾਰਾ ਜਦੋਂ ਹੁੰਦਾ ਹੈ ਤਾਂ ਹਰ ਯੂਨਿਟ ਦਾ ਆਪਣਾ ਆਪਣਾ ਜੈਕਾਰਾ ਹੁੰਦਾ ਹੈ ਗ੍ਰੇਨੇਡੀਅਰਸ ਦਾ ਹੁੰਦਾ ਹੈ ਜੈ ਮਾਤਾ ਦੀ आ, आ, इसी तरीके से और यूनिटों का होता है और सिखिलाई का जयकारा जब होता है जब एक बारी बोल दिया बोले सोनहाल सात स्रियाकाल तो फिर उसके बाद में कोई पीछे मुड़ के देखने वाली बात नहीं है और उधर से इस जयकारे के ऊपर सिर्फ मैं आपको इतना बता दूँ किसी भी यूनिट का जयकारा हो चाहे वो जय माता दी का हो चाहे वो बोले सोनहाल सात श्रियाकाल का हो दुश्मन काँप जाता है मेरे अपने वतन के लोग उस वक़्त फ़ख्र से देखते हैं कि हमारा फौजी वहाँ पर खड़ा है لیکن جب اسی فوجی کے ساتھ جب ایسا ہوتا ہے ائی ایم گوئنگ ٹو یوز دی ورڈ اگین ود یو مورال از ا ویری ہائی تھنگ ڈونٹ بریک اٹ ڈونٹ بریک دی مورال اف اف دس ڈیفنس مین بالکل گروسا بہت بہت تنવાદ واپس اواں گی کہندے فوجیاں دا جڑا حوصلہ ہوندا ہے اس کر کے نہ صرف فصی ਸਾڈا پورا دیش سُرکھیت محسوس کردا ہے جدی وہ جنگ تے جاتا ہے ਪਰ ਉਸ ਦੇ ਨਾ ਸਿਰਫ ਹੌਸਲੇ ਨੂੰ ਉਸ ਦੀ ਇੱਜ਼ਤ ਨੂੰ ਆਬਰੂ ਨੂੰ ਉਸ ਦੀ ਦਸਤਾਰ ਨੂੰ ਬੇਇੱਜ਼ਤ ਕੀਤਾ ਗਿਆ ਬੇਆਬਰੂ ਕੀਤਾ ਗਿਆ ਚੰਡੀਗੜ੍ਹ ਦੇ ਸੈਕਟਰ 11 ਥਾਣੇ ਦੇ ਵਿੱਚ ਤੇ ਇਲਜ਼ਾਮ ਇਹ ਵੀ ਨੇ ਕਿ ਐਸ ਐਚ ਓ ਸਾਹਿਬ ਵੀ ਉੱਥੇ ਹੀ ਸੀ ਕਹਿੰਦੇ ਕੰਪਲੇਂਟ ਤਾਂ ਕੋਈ ਨਹੀਂ ਸੀ ਭਾਜੀ ਪਰ ਇਹਨੂੰ ਕਹਿ ਸਕਦੇ ਆ ਵੀ ਜਿਵੇਂ ਤੁਸੀਂ ਦੱਸਿਆ ਵੀ ਉਸੇ ਥਾਣੇ ਦੇ ਵਿੱਚ ਉਸ ਫਾਜੀ ਸਾਹਿਬ ਦੇ ਧਰਮ ਪਤਨੀ ਵੀ ਉੱਥੇ ਹੀ ਡਿਊਟੀ ਦੇ ਰਹੇ ਨੇ ਸੇਵਾਵਾਂ ਦੇ ਰਹੇ ਨੇ ਮਿਸ ਯੂਜ਼ ਆਫ ਪਾਵਰ ਵੀ ਹੋ ਸਕਦਾ ਹੈ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਪਤਾ ਤਾਂ ਇਹਨਾਂ ਨੂੰ ਬੇਸਿਕਲੀ ਦੇਖੋ ਕੋਈ ਵੀ ਐਸਐਚਓ ਹੈ ਨਾ ਜਦੋਂ ਤੱਕ ਸਰ ਉਹਦੇ ਕੋਲ ਕੰਪਲੇਂਟ ਜਾਂ ਤਾਂ ਉੱਪਰ ਡੀਜੀਪੀ ਜਾਂ ਐਸਐਸਪੀ ਤੋਂ ਮਾਰਕ ਹੋ ਕੇ ਆਵੇ ਜੀ ਜਦੋਂ ਤੱਕ ਸਾਡੇ ਕੋਲ ਮੰਨ ਲਓ ਗਰੋਵਰ ਸਾਹਿਬ ਬੈਠੇ ਨੇ ਜਾਂ ਫੌਜੀ ਸਾਹਿਬ ਬੈਠੇ ਨੇ ਜਦੋਂ ਤੱਕ ਇਹ ਮੇਰਾ ਵਕਾਲਤਨਾਮਾ ਸਾਈਨਾਂ ਕਰਨ ਤੇ ਜਰਨਲਿਸਟ ਸਾਹਿਬ ਮੇਰੇ ਨਾਲ ਬੈਠੇ ਨੇ ਠਾਕੁਰ ਸਾਹਿਬ ਜਦੋਂ ਤੱਕ ਮੇਰੇ ਕਲੈਂਟਸ ਤੁਹਾਨੂੰ ਕਾਲ ਨਾ ਕਰਨ ਆਪਣੇ ਆਪ ਤਾਂ ਇੰਟਰਵਿਊ ਨਾਲ ਸੀ ਕਰ ਨਹੀਂ ਸਕਦੇ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੋਈ ਕੰਪਲੇਂਟ ਹੈ ਨਹੀਂ ਜੀ ਪ੍ਰੋਵੀਜ਼ਨ ਆਫ ਲਾਅ ਕਰਨਲ ਸਾਹਿਬ ਨੇ ਵੀ ਦੱਸਦੇ ਨੇ ਤੇ ਵਕੀਲ ਸਾਹਿਬ ਨੇ ਵੀ ਦੱਸੇ ਨਹੀਂ ਕਿ 70 71 72 ਆਰਮੀ ਐਕਟ ਦਾ ਕੀ ਕਹਿ ਰਿਹਾ ਜੀ ਤੁਸੀਂ 70 71 72 ਚ ਤਾਂ ਗਏ ਨਹੀਂ ਜੀ ਤੁਸੀਂ ਬੇਸਿਕ ਪ੍ਰੋਸੈਸ ਆਫ ਲਾਅ ਇੰਡੀਅਨ ਪੈਨਲ ਕੋਡ ਦਾ ਹੀ ਚੱਕ ਲੈਣਾ ਸੀ ਹਮ ਚਲੋ ਆਰਮੀ ਬਾਰੇ ਤੇ ਮੈਨੂੰ ਲੱਗਦਾ ਦੇ ਆਰ ਨਾਟ ਅਵੇਅਰਡ ਜੀ ਪਰ ਐਟ ਲੀਸਟ ਯੂ ਆਰ ਸਰਵਿੰਗ ਫੋਰ ਅ ਚੰਡੀਗੜ੍ਹ ਪੁਲਿਸ ਇਟਸ ਯੂਅਰ ਡਿਊਟੀ ਡਿਊਟੀ ਆਫ ਪੁਲਿਸ ਆਫੀਸਰਸ ਕੀ ਨੇ ਡਿਊਟੀ ਆਫ ਪੁਲਿਸ ਆਫੀਸਰ ਇਹ ਹੈ ਕਿ ਤੁਸੀਂ ਕੰਪਲੇਂਟ ਔਰ ਕਾਨੂੰਨ ਦੇ ਦਾਇਰੇ ਚ ਰਹਿਣਾ ਹੈ ਇਟਸ ਨਾਟ ਯੂਰ ਲਾੜਾਸ ਦੁਕਾਨ ਕਿ ਤੁਸੀਂ ਕੋਈ ਪ੍ਰਾਈਵੇਟ ਕੰਪਨੀ ਰਨ ਨਹੀਂ ਕਰ ਰਹੇ ਤੁਸੀਂ ਕਿਸੇ ਜ਼ਿੰਮੇਵਾਰੀ ਪੋਜੀਸ਼ਨ ਤੇ ਬੈਠੇ ਹੋ ਸੋ ਦੇਖੋ ਕਾਨੂੰਨ ਦੀਆਂ ਧੜੀਆਂ ਬਿਊਟੀਆਂ ਇੰਡੀਅਨ ਪੈਨਲ ਕੋਡ ਵੀ ਸਾਈਡ ਤੇ ਰੱਖੀ ਰੱਖੀ ਤੇ ਆਰਮੀ ਐਕਟ ਵੀ ਨੂੰ ਦਾ ਆਪਾਂ ਨੂੰ ਪਤਾ ਨਹੀਂ ਸੋ ਮਾਮਲਾ ਜਿਹੜਾ ਜੀ ਆ ਜਾ ਕੇ ठाकुर साहब कोटांच रह जांदा है सो इंसाफ ਲਈ ਮੈਂ ਤਾਂ ਇਹ ਕਹੂੰਗਾ ਕਿ ਕੋਈ ਗੱਲ ਨਹੀਂ ਜੋਦਾ ਮਰਾਲ ਡਿੱਗਿਆ ਵੀ ਹੈ ਉਹ ਕਹਿੰਦੇ ਨੇ ਜੇ ਕੋਈ ਬਿਮਾਰ ਹੋ ਜਵੇ ਨਾ ਤੇ ਜੇ ਭਾਜੀ ਲਾਸਾਵਾ ਤੇ ਉਹਦੀ ਬਿੱਲ ਪਾਵਰ ਨਾ ਨਾ ਰਵੇ ਤੇ ਉਹ ਬਚਦਾ ਨਹੀਂ ਬੰਦਾ ਸੋ ਤੁਸੀਂ ਤਾਂ ਮਰਾਲ ਡਿੱਗਾਂ ਚ ਕੋਈ ਕਸਰ ਨਹੀਂ ਛੱਡੀ ਬਾਕੀ ਕੋਈ ਗੱਲ ਨਹੀਂ ਸਾਰੇ عوام ਨਾਲੇ ਫੌਜੀਆਂ ਦੀ ਰਿਸਪੈਕਟ ਕੋਈ ਗੱਲ ਨਹੀਂ ਜੇ ਤੁਸੀਂ 2-4 ਬੰਦੇ ਨਹੀਂ ਕਰਦੇ ਪਰ ਬਾਕੀ ਦੀ ਦੁਨੀਆ ਸਾਰੀ ਇੰਡੀਆ ਕਰਦਾ ਸਾਰਾ ਵਰਲਡ ਕਰਦਾ ਸੋ ਅਸੀਂ ਕਰਦੇ ਰਵਾਂਗੇ ਜੀ ਫਰੋਂਮ ਦੀ ਕੋਰੋਫੋਰ ਜੀ ਜੀ ਇੱਕ ਚੀਜ਼ ਮੈਂ ਲਾਸਟ ਨੂੰ ਜ਼ਰੂਰ ਕਹੂੰਗਾ ਕਿ ਮੈਨੂੰ ਇਹ ਲੱਗਦਾ ਕਿ ਜੇਕਰ ਟਾਈਮਲੀ ਮੈਡੀਕੇਸ਼ਨ ਕਹਿੰਦੇ ਨੇ ਜੇਕਰ ਕੋਈ ਡਿਜ਼ੀਜ਼ ਹੋਵੇ ਨਾ ਤਾਂ ਟਾਈਮਲੀ ਹੋ ਜਾਵੇ ਬਹੁਤ ਵਧੀਆ ਹੈ ਮੈਨੂੰ ਇੱਕ ਗੱਲ ਲੱਗਦੀ ਹੈ ਠਾਕੁਰ ਸਾਹਿਬ ਕਿ ਜੇਕਰ ਟਾਈਮਲੀ ਸਖਤ ਐਕਸ਼ਨ ਕਨਸਰਨਡ ਹੈੱਡ ਜਿਹੜਾ ਐਸਐਸਪੀ ਚੰਡੀਗੜ੍ਹ ਜਿਉ ਮੌਕੇ ਤੇ ਲੈ ਲੈਂਦਾ ਤਾਂ ਸ਼ਾਇਦ ਅੱਜ ਇਹ ਸਿਨੈਰੀਓ ਨਾ ਬਣਦਾ ਹੁਣ ਮੈਂ ਇਹ ਗੱਲ ਕਹਿਣਾ ਕਿ ਇਹ ਮਾਮਲਾ ਜਿਹੜਾ ਇਹ ਬਹੁਤ ਸਿੱਖ ਕਮਿਊਨਿਟੀ ਸਿੱਖ ਜਿਹੜੀ ਸਾਡੀ ਰੈਜiment ਹੈ ਉਹਨਾਂ ਦੇ ਜਿਹੜੇ ਸੈਂਟੀਮੈਂਟਸ ਨੇ ਉਹ ਹਾਰਟ ਹੋਏ ਨੇ ਹਿਰਦੇ ਬਲੁੰਦਰੇ ਗਏ ਨੇ ਔਰ ਬਹੁਤ ਆਬਜੈਕਸ਼ਨੇਬਲ ਨੇਕਡ ਵੀਡੀਓ ਪੜੀ ਹੈ ਜਿਹੜੀ ਕੀ ਕਾਨੂੰਨ ਨੂੰ ਚੱਕੇ ਟੰਗਿਆ ਗਿਆ ਹੁਣ ਮੈਂ ਕਹਿੰਦਾ ਕਿ ਐਟਲੀਸਟ ਐਸਐਸਪੀ ਸਾਹਿਬ ਡੀਜੀਪੀ ਚੰਡੀਗੜ੍ਹ ਇਮੀਡੀਏਟਲੀ ਸਖਤ ਤਰਾਵਾਂ ਤਹਿਤ ਪਰਚਾ ਦਰਜ ਕਰਨਾ ਤੇ ਫਿਰ ਇਨਵੈਸਟੀਗੇਟ ਕਰਨਾ ਵੀ ਜਿਹੜੇ ਜਿਹੜੇ ਬੰਦਿਆਂ ਦੇ ਕੋਲ ਫੋਨ ਚੋਪ ਵੀਡੀਓ ਬਣੀ ਆਬਜੈਕਸ਼ਨੇ ਬਣ ਉਹ ਫੋਨ ਜਿਹੜੇ ਨੇ ਉਹ ਰਿਕਵਰਡ ਕਰਨ ਕਸਟੋਡੀਅਲ ਇਨਟੈਰੋਗੇਸ਼ਨ ਨਹੀਂ ਕਰਨ ਤੇ ਪੁੱਛਣ ਵੀ ਕੀ ਰੀਜ਼ਨ ਸੀ ਇਹ ਕੁਛ ਕਰਨ ਦਾ ਸੋ ਉਸ ਤੋਂ ਬਾਅਦ ਮੈਂ ਗੱਲ ਕਵਾਂਗਾ ਵੀ ਕਿਤੇ ਨਾ ਕਿਤੇ ਅਸੀਂ ਉਮੀਦ ਕਰ ਸਕਦੇ ਆ ਪਰ ਦੂਸਰੇ ਪਾਸੇ ਜੋ ਹੁਣ ਮੈਨੂੰ ਲੱਗ ਰਿਹਾ ਇਹ ਤਾਂ ਚਲੋ ਉਹਨਾਂ ਦਾ ਪਾਰਟ ਹੈ ਔਰ ਉਹ ਬਿਹਤਰ ਦੱਸਣਗੇ ਵੀ ਉਹਨਾਂ ਦੀ ਕੀ ਨੈਕਸਟ ਪਲੈਨ ਆਫ ਐਕਸ਼ਨ ਹੈ ਆਦਰਵਾਇਜ਼ ਸਾਡਾ ਜਿਹੜਾ ਮਾਮਲਾ ਹੈ ਸਾਨੂੰ 100.1% ਸਾਡੀਆਂ ਕੋਟਾਂ ਦੀ ਪਰਵਿਸ਼ਵਾਸ ਹੈ ਮਾਨਜੋ ਕੋਰਟ ਦੇ ਉੱਪਰ ਸੋ ਅਗੇਨ ਜਿਹੜਾ ਮੈਟਰ ਹੈ ਮਾਨਜੋ ਕੋ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਔਰ ਅਸੀਂ ਆਪਣੇ ਵੱਲੋਂ ਸਾਰੀ ਲੀਗਲ ਟੀਮ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਸ ਵਾਰੀ ਵੀ ਅਸੀਂ ਇਹਨਾਂ ਨੂੰ ਸਖਤ ਸਜ਼ਾਵਾ ਦੁਆਣ ਤੱਕ ਲੈ ਕੇ ਜਾਵਾਂਗੇ ਜੀ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਕਹੂੰਗਾ ਐਸਐਸਪੀ ਸਾਹਿਬ ਇੱਕ ਰਿਕਵੈਸਟ ਹੈ ਹਾਈ ਕੋਰਟ ਇੰਟਰਵਨ ਕਰ ਚੁੱਕੀ ਹੈ ਮੈਂ ਇੱਕ ਛੋਟੀ ਰਿਕਵੈਸਟ ਤੁਹਾਨੂੰ ਕਰੂੰਗਾ ਐਜ਼ ਅ ਕਾਉਂਸਲ ਕਿ ਤੁਸੀਂ ਐਸਐਸਚੂ ਨੂੰ ਇਮੀਡੀਏਟਲੀ ਟਰਾਂਸਫਰ ਕਰ ਦਿਓ ਕਿਉਂਕਿ ਮਾਮਲਾ ਹੁਣ ਐਸਐਚਓ ਦਾ ਦੇਖੋ ਬੜਾ ਇਹਨੂੰ ਇਹ ਕਹਿ ਸਕਦੇ ਹਾਂ ਕਿ ਸਖਤ ਐਕਸ਼ਨ ਜਿਹੜਾ ਹੈ ਕਿਉਂਕਿ ਹਾਈ ਕੋਰਟ ਚ ਪੈਂਡਿੰਗ ਹੈ ਤੇ ਜੇ ਇਹੀ ਐਸਐਚਓ ਉੱਥੇ ਸਰਵ ਕਰਦਾ ਰਹੇਗਾ ਤੇ ਚਾਂਸਸ ਨੇ ਕਿ ਟੈਂਪਰਿੰਗ ਆਫ ਜਿਹੜੀ ਅਸੀਂ ਐਵਿਡੈਂਸ ਹੈ ਨਾ ਉਹ ਹੋ ਸਕਦਾ ਸੋ ਤੁਸੀਂ ਐਟ ਲੀਸਟ ਮੈਂ ਇਹ ਕਹੂੰਗਾ ਕਿ ਜਦੋਂ ਤੱਕ ਸਾਡੀ ਨੈਕਸਟ ਡੇਟ ਇਹ ਮਾਮਲਾ ਸਬ ਜੁੜਾਈ ਜੇ ਇਹਨੂੰ ਕਾਈਂਡਲੀ ਇੱਥੋਂ ਤੁਸੀਂ ਇਮੀਡੀਏਟਲੀ ਟਰਾਂਸਫਰ ਉਮੀਦ ਹੈ ਕਿ ਇਹ اپੀਲ ਜਿਹੜੀ ਹੈਗੀ ਐਸਐਸਪੀ ਸਾਹਿਬ ਤੱਕ ਵੀ ਪਹੁੰਚੀਗੀ ਨਾਲੇ ਜਿਹੜੀ ਬੇਨਤੀ ਕੀਤੀ ਗਈ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਅਧਿਕਾਰ ਸਾਹਿਬ ਨੂੰ ਉਹ ਵੀ ਪ੍ਰਵਾਨ ਜ਼ਰੂਰ ਹੋਵੇਗੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਹੈ ਘੁਮਨ ਬ੍ਰਦਰਜ਼ ਨੇ ਕਿ ਮਾਣਯੋਗ ਅਦਾਲਤਾਂ ਤੇ ਭਰੋਸਾ ਹੈ ਤੇ ਭਰੋਸਾ ਉਸ ਫੌਜੀ ਨੂੰ ਵੀ ਹੈ ਜਿਸ ਦੀ ਇੱਜ਼ਤ ਆਬਰੂ ਧਾਰਤਾਰ ਕੀਤੀ ਗਈ ਸੈਕਟਰ 11 ਥਾਣੇ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਰ ਇਸ ਵੇਲੇ ਹਰ ਇੱਕ ਫੌਜੀ ਜਿਹੜਾ ਹੈ ਨਾਲੇ ਫੌਜ ਨੂੰ ਪਿਆਰ ਕਰਨ ਵਾਲਾ ਇਨਸਾਨ ਉਹ ਨਜ਼ਰਾਂ ਲਾ ਕੇ ਬੈਠਾ ਹੈ ਇਸ ਕਰਤੂਤ ਤੇ ਜੋ ਕੀਤੀ ਗਈ ਹੈ ਚੰਡੀਗੜ੍ਹ ਪੁਲਿਸ ਦੇ ਕੁਝ ਅਫਸਰਾਂ ਵੱਲੋਂ ਕੁਝ ਅਧਿਕਾਰੀਆਂ ਵੱਲੋਂ ਪਰ ਇੱਥੇ ਇਹ ਕਹਿਣਾ ਵੀ ਗਲਤ ਨਹੀਂ ਕਿ ਹਲੇ ਖੰਨੇ ਦੇ ਸਦਰ ਥਾਣੇ ਦੇ ਵਿੱਚ ਇੱਕ ਐਸਐਚਓ ਵੱਲੋਂ ਤਿੰਨ ਬੰਦਿਆਂ ਨੂੰ ਸਰਪੰਚ ਤੇ ਪਤੀ ਨੂੰ ਉਸਦੇ بیٹے ਨੂੰ ਤੇ ਉਹਨਾਂ ਦੇ ਕੰਮੇ ਨੂੰ ਅਲਫ ਨੰਗਾ ਕਰਕੇ ਵੀਡੀਓ ਦਾ ਮਾਮਲਾ ਹਲੇ ਠੰਡਾ ਵੀ ਨਹੀਂ ਹੋਇਆ ਲੋਕ ਭੁੱਲੇ ਵੀ ਨਹੀਂ ਕਿ ਚੰਡੀਗੜ੍ਹ ਪੁਲਿਸ ਨੇ ਇੱਕ ਨਵੀਂ ਕਰਤੂਤ ਕਰ ਛੱਡੀ ਉਹ ਵੀ ਇੱਕ ਫੌਜੀ ਦੇ ਨਾਲ ਜਾਂ ਕਹੀਏ ਇੱਕ ਗੁਰਸਿੱਖ ਫੌਜੀ ਦੇ ਨਾਲ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮਾਨਯੋਗ ਅਦਾਲਤ ਇਸ ਮਾਮਲੇ ਦੇ ਉੱਤੇ ਅਗੇ ਕੀ ਕੁਝ ਕੋਰਸ ਆਫ ਐਕਸ਼ਨ ਕਰੇਗੀ ਜਾਂ ਫਿਰ ਕੀ ਫੈਸਲਾ ਦੇਗੀ ਉਮੀਦ ਹੈ ਵੀ ਕਰਾਂਗੇ ਕਿ ਚੰਡੀਗੜ੍ਹ ਪੁਲਿਸ ਹੁਣ ਆਪਣੀ ਬੇਗੁਨਾਹੀ ਸਾਬਤ ਕਰਨ ਦੇ ਲਈ ਥਾਣੇ ਦੀ ਸੀਸੀਟੀਵੀ ਫੂਟੇਜ ਨੂੰ ਪ੍ਰੀਜ਼ਰਵ ਕਰਕੇ ਰੱਖੇਗੀ ਉਹ ਡਿਲੀਟ ਨਹੀਂ ਹੋਏਗੀ ਕੈਮਰਾ ਪਰਸਨ ਮਨੋਦੇਨਾਲ ਠਾਕੁਰ ਅਮਨਦੀਪ ਸਿੰਘ ਦੇ ਖਬਰਸਾਰ ਚੰਡੀਗੜ੍ਹ